ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿਰਾਸਤ ਟੀਵੀ ਤੇ ਮੈਂ ਕੀਮਤ ਢਿੱਲੋਂ। ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਕੋਈ ਖਾਸ ਗੱਲ ਤਾਂ ਨਹੀਂ ਤੇ, ਪਰ ਸਾਨੂੰ ਲੱਗਿਆ ਵੀ ਆਪਣੇ ਦਰਸ਼ਕਾਂ ਨਾਲ ਇਹ ਗੱਲਾਂ ਵੀ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ। ਕਈ ਵਾਰ ਆਪਣੇ ਘਰਾਂ ਦੇ ਵਿੱਚ ਇੰਨੀ ਜਗ੍ਹਾ ਨਹੀਂ ਹੁੰਦੀ, ਇੰਨਾ ਥਾਂ ਨਹੀਂ ਹੁੰਦਾ ਤੇ ਆਪਣੇ ਕੋਲ ਇੰਨੀਆਂ ਫਾਲਤੂ ਚੀਜ਼ਾਂ ਹੁੰਦੀਆਂ, ਇੰਨੀਆਂ ਬੇਕਾਰ ਹੁੰਦੀਆਂ ਸਿੱਟਣ ਵਾਲੀਆਂ, ਪਰ ਅਸੀਂ ਉਹਨਾਂ ਨੂੰ ਵੀ ਸੰਭਾਲ ਕੇ ਰੱਖ ਲੈਂਦੇ ਹਾਂ। ਤੇ ਅੱਗੇ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਰਮਨ ਸਿੱਧੂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਫਿਰ ਕਰਦੇ ਹਾਂ ਗੱਲਾਂ ਬਾਤਾਂ। ਜੀ ਸਤਿ ਸ੍ਰੀ ਅਕਾਲ ਭੈਣੇ, ਜਿਵੇਂ ਤੁਸੀਂ ਕਿਹਾ ਹਨਾ ਵੀ ਕਿੱਡਾ ਸੋਹਣਾ ਵਿਸ਼ਾ ਚੁਣਿਆ ਤੁਸੀਂ, ਜਿਵੇਂ ਆਪਾਂ ਸੁਬਹ ਹੀ ਗੱਲ ਕਰੀ ਜਾਂਦੇ ਸੀ ਵੀ ਜਿਹੜੀਆਂ ਫਾਲਤੂ ਚੀਜ਼ਾਂ ਹੁੰਦੀਆਂ, ਤੇ ਇਹ ਸੱਚਾਈ ਹੈ ਵੀ ਆਪਾਂ ਕਿੰਨੀਆਂ ਸਾਂਭ ਸਾਂਭ ਕੇ ਰੱਖਦੇ ਹਾਂ ਉਹ ਚੀਜ਼ਾਂ, ਜਦੋਂ ਕਿ ਉਹਨਾਂ ਦੀ ਕਦੇ ਲੋੜ ਵੀ ਨਹੀਂ ਪੈਂਦੀ। ਮੈਨੂੰ ਲੱਗਦਾ ਸਾਰੀ ਉਮਰ ਤੱਕ ਉਹ ਆਪਾਂ ਵਰਤਦੇ ਹੀ ਨਹੀਂ। ਬਿਲਕੁਲ ਰਮਣਾ, ਆਪਾਂ ਜਿਵੇਂ ਤੁਸੀਂ ਕਿਹਾ ਵੀ ਆਪਾਂ ਉਹਨਾਂ ਦੀ ਸੰਭਾਲ ਚ ਰੱਖਦੇ, ਕਈ ਵਾਰ ਤਾਂ ਆਪਣੇ ਕੋਲ ਇਹ ਮੇਂ ਦਾ ਹੁੰਦਾ ਟਾਈਮ ਵੀ ਆਪਣੇ ਮਾਵਾਂ ਜਾਂ ਦਾਦੀਆਂ ਆਪਣੀਆਂ ਉਹਨਾਂ ਦੀਆਂ ਚੀਜ਼ਾਂ ਹੁੰਦੀਆਂ ਪੁਰਾਣੀਆਂ, ਉਹ ਆਪਣੇ ਵਰਤਨ ਚ ਵੀ ਨਹੀਂ ਆਉਂਦੀਆਂ, ਪਰ ਆਪਾਂ ਕਈ ਵਾਰ ਉਹ ਨਾ ਤਾਂ ਆਪਾਂ ਨੂੰ ਸਿੱਟਣ ਦੇਣ ਵੀ ਇਹ ਸਾਡੀ ਜ਼ਰੂਰੀ ਚੀਜ਼ ਆ ਵੀ ਸਾਡੇ ਦਾਜ ਚ ਦਿੱਤੀ ਸੀ ਸਾਡੇ ਮਾਪਿਆਂ ਨੇ, ਤੇ ਨਾ ਉਹ ਸਿੱਟਣ ਦੇ ਆਪਾਂ ਨੂੰ ਤੇ ਨਾ ਹੀ ਆਪਾਂ ਸਿੱਟਦੇ ਹਾਂ ਨਾ। ਵੇਖੋ ਹੁਣ ਜਿਵੇਂ ਦਰੀਆਂ ਹੁੰਦੀਆਂ ਸੀ ਅੱਗੇ, ਕਿੰਨੀਆਂ ਕਿੰਨੀਆਂ ਬੁੜੀਆਂ ਬੁਣ ਕੇ ਲਿਆਉਂਦੀਆਂ ਹੁੰਦੀਆਂ ਸੀ ਦਰੀਆਂ, ਕਿੰਨੇ ਕਿੰਨੇ ਖੇਸ ਹੁੰਦੇ ਸੀ, ਕਿੰਨੀ ਕਿੰਨੀਆਂ ਅਰਜਾਂਗਾਂ, ਕਿੰਨੇ ਕਿੰਨੇ ਵਿਸਤਰੇ ਹੋ ਜਾਂਦੇ ਹੁੰਦੇ ਸੀ, ਤੇ ਉਹ ਮੈਨੂੰ ਲੱਗਦਾ ਇੰਨੇ ਪਾਠ ਦੇ ਵੀ ਨਹੀਂ ਹੁੰਦੇ ਵੀ ਜਿਵੇਂ ਕਹਿ ਦਿੰਦੇ ਹੁੰਦੇ ਵੀ ਹੁਣ ਦੇ ਟਾਈਮ ਚ ਤਾਂ ਆਪਣੇ ਆਮ ਕੋਠੀਆਂ ਹੁੰਦੀਆਂ ਜਾਂ ਆਪਾਂ ਅੰਦਰ ਹੀ ਪੈਂਦੇ ਏਸੀਆਂ ਦੇ ਵਿੱਚ, ਕੋਈ ਇਹ ਜਿਹੀਆਂ ਚੀਜ਼ਾਂ ਇਹਦੀਆਂ ਵਿਸਤਰਿਆਂ ਦੀ ਆਪਾਂ ਨੂੰ ਇੰਨੀ ਜ਼ਰੂਰਤ ਨਹੀਂ ਹੁੰਦੀ, ਇੰਨੀ ਲੋੜ ਵੀ ਨਹੀਂ ਪੈਂਦੀ। ਪਹਿਲੇ ਅੱਜ ਕੱਲ ਤਾਂ ਹਰ ਚੀਜ਼ ਫਿਕਸ ਹੁੰਦੀ ਹੈ ਹਨਾ, ਆਪਣੇ ਹਰ ਕਮਰੇ 'ਚ ਬੈੱਡ ਹੁੰਦੇ ਆ ਜਿੱਥੇ ਕਿ ਮੈਨੂੰ ਲੱਗਦਾ ਵਿਸਤਰਿਆਂ ਦੀ ਲੋੜ ਹੀ ਨਹੀਂ ਪੈਂਦੀ। ਅੱਜ ਕੱਲ ਇੱਕ ਬਲੈਂਕਟ ਕੰਬਲ ਹਨਾ ਜਿਹੜਾ ਵੀ ਮਤਲਬ ਰਜਾਂਗਾ ਤੋਂ ਵੀ ਵਧਕਾ ਹੁੰਦਾ ਉਹ ਲੈ ਲੈਂਦੇ ਆ, ਜਦੋਂ ਕਿ ਉਹ ਬੰਦਾ 5-10 ਮਿੰਟਾਂ 'ਚ ਸ਼ਹਿਰ 'ਚੋਂ ਲੈ ਕੇ ਮੁੜੇ ਆਉਂਦਾ, ਨਾ ਉਹਦੀ ਕੋਈ ਏਡੀ ਸਿਰਦਰਦੀ ਹੁੰਦੀ ਹੈ। ਜਿਵੇਂ ਤੁਸੀਂ ਕਿਹਾ ਹਨਾ ਵੀ ਇੱਕ ਫਾਲਤੂ ਚੀਜ਼ ਹੀ ਆ ਗਈ, ਜਿਵੇਂ ਅੱਗੇ ਬੁੜੀਆਂ ਹੁੰਦੀਆਂ ਸੀ ਕੋਈ 9-9, 11-11 ਬਿਸਤਰੇ ਭਰਾ ਕੇ ਦੇ ਲਿਆਉਂਦੀਆਂ, ਕਈ ਵਾਰ ਕੁੜੀ ਦਾ ਵਿਆਹ ਹੁੰਦਾ ਹਨਾ ਤੇ ਉਹ ਇੰਨੇ ਬਿਸਤਰੇ ਭਰਾ ਕੇ ਦੇ ਦਿੰਦੇ ਵੀ ਸਾਨੂੰ ਕੋਈ ਐਂ ਨਾ ਕਹਿੰਦੇ ਵੀ ਤੂੰ ਘੱਟ ਬਿਸਤਰੇ ਦਿੱਤੇ ਹਨਾ। ਫਿਰ ਜਦੋਂ ਆ ਸ਼ੂਸ਼ਕਾਂ ਆਉਂਦੀਆਂ ਹਨਾ ਨਾਨਕ ਛੱਕਾ, ਫਿਰ ਉਹਨਾਂ ਨੇ ਬਿਸਤਰੇ ਦੇਣੇ। ਮੈਨੂੰ ਲੱਗਦਾ ਇਹ ਵਾਧੂ ਦਾ ਬੋਝ ਆ ਜਿਹੜਾ ਆਪਾਂ ਪਾਇਆ ਵਿਆ ਆਪਦੇ ਉੱਤੇ, ਇੱਕ ਤਾਂ ਬੋਝ ਆ ਇੱਕ ਖਰਚਾ, ਤੇ ਦੂਜਾ ਆਪਾਂ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਕਰਦੇ ਹਾਂ। ਜਿਹੜੀ ਜਗ੍ਹਾ ਰੁਕਦੇ 9-11 ਤਾਂ ਮੈਨੂੰ ਲੱਗਦਾ ਬਹੁਤ ਥੋੜੇ ਹੁੰਦੇ ਰਮਣ, ਤੇ ਇੱਕ ਮੇਰੀ ਮਾਸੀ ਜੀ ਸੀ, ਮੈਂ ਤੁਹਾਨੂੰ ਉਹਨਾਂ ਦੀ ਗੱਲ ਸੁਣਾਉਂਦੀ ਹਾਂ। ਉਹ ਜਦੋਂ ਉਹਨਾਂ ਦਾ ਵਿਆਹ ਸੀ ਉਹਦੇ ਆਪਦੇ ਵਿਆਹ ਵੇਲੇ ਵੀ ਉਹ 23 ਵਿਸਤਰੇ ਲੈ ਕੇ ਗਏ ਸੀ, ਵੀ ਜਿਵੇਂ ਦਰੀਆਂ ਸੀ ਉਹ 23 ਲੈ ਕੇ ਗਏ ਸੀ ਹਨਾ, ਬਹੁਤ ਜ਼ਿਆਦਾ ਲੈ ਕੇ ਗਏ ਸੀਗੇ। ਤੇ ਅੱਗੇ ਨਾ ਜਿਹੜੀਆਂ ਮਾਵਾਂ ਹੁੰਦੀਆਂ ਸੀ ਉਹ ਦਿੰਦੀਆਂ ਵੀ ਵੱਧ ਸੀ ਵੀ ਜੀ ਗਾਂ ਮੇਰੀ ਧੀ ਦੇ ਧੀ ਹੋ ਗਈ ਤਾਂ ਖਣੀ ਗਾਂ ਉਹਦੀ ਗਾਂ ਚਲਾਂਗਾ ਜਾਣਗੀਆਂ ਹਨਾ, ਤੇ ਚੱਲਦੀਆਂ ਵੀ ਮੈਨੂੰ ਇਹ ਲੱਗਦਾ ਇਵੇਂ ਕੋਈ ਮਾਵਾਂ ਤੋਂ ਆਪਦੇ ਵਿਸਤਰੇ ਤਾਂ ਸਾਰੇ ਵੀ ਪਾਠ ਦੇ ਵੀ ਨਹੀਂ, ਉਹ ਗਾਂ ਦੀ ਗਾਂ ਤੋਰੀ ਜਾਂਦੀਆਂ। ਤੇ ਉਹਨਾਂ ਉਹ ਆਪਦੇ ਟਾਈਮ 'ਚ ਵੀ ਉਹਦੇ 23 ਵਿਸਤਰੇ ਲੈ ਕੇ ਗਏ ਸੀ, ਬਹੁਤ ਸੀ ਗਾਂ ਉਹਨਾਂ ਦੇ, 4 ਨਨਾਨਾ ਸੀਗਾ ਤੇ 4 ਨਨਾਨਾ ਦਾ ਵੀ ਉਹਨਾਂ ਨੇ ਦਾਜ ਵੀ ਬੁਣਿਆ, ਦਰੀਆਂ ਦਰੀਆਂ ਖੇਸ ਜਿਵੇਂ ਹੁੰਦੇ ਆਪਣੇ ਕੁੜੀਆਂ ਨੂੰ ਮਾਵਾਂ ਵੀ ਦਿੰਦੀਆਂ, ਜਿਹੜੀਆਂ ਚੀਜ਼ਾਂ ਪੂਰਾ ਉਹਨਾਂ ਵੀ ਬਣਾਇਆ ਵਾ ਸੀਗਾ। ਤੇ ਜਦੋਂ ਉਹਦੀ ਮਾਸੀ ਦੀ ਵੱਡੀ ਨਨਾਣ ਵੀ ਸਾਰੀਆਂ ਪੜ੍ਹੀਆਂ ਲਿਖੀਆਂ ਸੀ, ਵੱਡੀ ਸੀ ਉਹਨਾਂ ਲਈ ਬਾਹਰਲਾ ਮੁੰਡਾ ਲੱਭ ਲਿਆ ਤੇ ਬਾਹਰ ਚਲੀ ਗਈ, ਤੇ ਉਹਨੇ ਪਰਿਵਾਰ 'ਚ ਸਾਰਾ ਪਰਿਵਾਰ ਉੱਧਰ ਸੱਦ ਲਿਆ ਹਨਾ। ਜਦੋਂ ਸਾਰਾ ਪਰਿਵਾਰ ਉੱਠ ਗਿਆ, ਵੇਖੋ ਹੁਣ ਇੱਧਰ ਇਕੱਲੇ ਮੈਨੂੰ ਲੱਗਦਾ ਮਾਸੀ ਤੇ ਮਾਸੜ ਜੀ ਰਹਿ ਗਏ ਸੀਗੇ ਬਾਅਦ 'ਚ ਮੇਰੇ, ਤੇ ਜਿਹੜੇ ਜਿਹੜੀਆਂ ਉਹਨਾਂ ਕੁੜੀਆਂ ਦੀਆਂ ਚਾਰਾਂ ਦੀਆਂ ਵੀ ਦਰੀਆਂ ਸੀਗੀਆਂ, ਕਿੰਨੀਆਂ ਕਿੰਨੀਆਂ ਬੁਣੀਆਂ ਸੀ, ਤੇ ਉਹ ਪੰਗਾ ਹੀ ਸੀਗੀਆਂ, ਖੇਸ ਵੀ ਬੁਣੇ ਸੀ, ਚਾਦਰਾਂ ਵੀ ਕੱਢੀਆਂ ਸੀ, ਪੱਖੀਆਂ ਵੀ ਸੀ, ਕਿਹੜੀ ਚੀਜ਼ ਨਹੀਂ ਹੁੰਦੀ ਜਿਹੜੀ ਆਪਾਂ ਕੁੜੀਆਂ ਨੂੰ ਦਾਜ ਦੇ ਵਿੱਚ ਦਿੰਦੇ ਨਹੀਂ ਹਨਾ। ਉਹ ਇੰਨੀਆਂ ਸੀ ਤੇ ਉਹ ਸਾਨੂੰ ਮਾਸੀ ਜੀ ਦੱਸਿਆ ਕਰੇ, ਕਹਿ ਕਰ ਮੈਂ ਗਰਮੀ 'ਚ ਆ ਕੇ ਜਦੋਂ ਵੀ ਦਿਨ ਸੋਹਣੇ ਲੱਗਣ ਲੱਗ ਜਾਂਦੇ, ਪਤਾ ਹੁੰਦਾ ਵੀ ਹੁਣ ਧੁੱਪਾਂ ਤੇਜ਼ ਆਈਆਂ, ਤੇ ਉਹਨਾਂ ਦਿਨਾਂ 'ਚ ਮੈਂ ਵੀ ਸਾਲ ਤੋਂ ਉਹਨੂੰ ਨਾ ਧੁੱਪ ਵੀ ਲਵਾਉਂਦੀ ਹਾਂ, ਬਿਸਤਰਿਆਂ ਨੂੰ ਬਾਹਰ ਕੱਢ ਕੇ ਫਿਰ ਉਹਨਾਂ ਦੇ ਵਿੱਚ ਕਿਤੇ ਵੀ ਫਿਰ ਲੈਣ ਦੀਆਂ ਗੋਲੀਆਂ ਜਾਂ ਸਾਬਣ ਜਾਂ ਨਿੰਮ ਸੁਕਾ ਕੇ ਜਾਂ ਹੋਰ ਬਹੁਤ ਕੁਛ ਪਾਉਂਦੀ ਵੀ ਕਿਤੇ ਇਹਨਾਂ ਨੂੰ ਲੱਗ ਨਾ ਜਾਵੇ ਜਾਂ ਖਰਾਬ ਨਾ ਹੋ ਜਾਣ। ਬਹੁਤ ਟਾਈਮ ਤੋਂ ਉਹਨਾਂ ਨੇ ਵੀ ਐਂ ਕਰਦੇ ਰਹੇ, ਫਿਰ ਉਹ ਕਹਿੰਦੀ ਵੀ ਮੈਂ ਇਹ ਵਾਧੂ ਦਾ ਸਿਰ ਦਰਦੀ ਲਈ ਪਈ ਹੈ ਵੀ ਜਦੋਂ ਹੁਣ ਪਤਾ ਹੀ ਹੈ ਵੀ ਸਾਰਾ
ਸਾਰਾ ਪਰਿਵਾਰ ਬਾਹਰ ਚਲਿਆ ਗਿਆ ਵੀ ਹੁਣ ਬਿਸਤਰੇ ਤਾਂ ਚਾਹੀਦੇ ਨੀ ਕਿਸੇ ਨੂੰ ਨਾ, ਫਿਰ ਉਹਨੇ ਖੀਰ ਤੇ ਮੈਨੂੰ ਲੱਗਦਾ ਉਹੀ ਬਿਸਤਰੇ ਉਹਨੇ ਬਾਜ਼ਾਰ ਜਾ ਕੇ ਸ਼ਹਿਰ ਜਾ ਕੇ ਭਾਵੇਂ ਉਹਨੂੰ ਸਸਤੇ ਵਿਕੇ ਭਾਵੇਂ ਕਿਵੇਂ ਉਹਨੇ ਵੇਚਤੇ, ਤੇ ਉਹ ਕਹਿੰਦੀ ਜਿੱਦੇ ਮੈਂ ਬਿਸਤਰੇ ਸਾਰੇ ਵੇਚੇ ਵੀ ਮੈਨੂੰ ਲੱਗਦਾ ਸੀ ਵੀ ਜਿੰਨੇ ਕੁ ਚਾਹੀਦੇ ਉਨੇ ਕੁ ਰੱਖ ਲਏ, ਤੇ ਉਹ ਕਹਿੰਦੀ ਉਸ ਟਾਈਮ ਤੇ ਮੇਰੀਆਂ 2 ਪੇਟੀਆਂ ਖਾਲੀ ਹੋਊਗਾ। ਕਈ ਵਾਰ ਆਪਾਂ ਨੂੰ ਉਹ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਰਮਨ, ਨਹੀਂ ਆਪਾਂ ਨੂੰ ਨਾ ਹੀ ਚਾਹੀਦੀਆਂ ਹੁੰਦੀਆਂ, ਪਰ ਆਪਾਂ ਉਹਨਾਂ ਦੀ ਵੀ ਸੰਭਾਲ ਕਰਦੇ ਹਾਂ, ਬਹੁਤ ਜ਼ਿਆਦਾ ਸੰਭਾਲ ਰੱਖਣੀ ਪੈਂਦੀ ਹੈ, ਤੇ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਸੰਭਾਲ ਸੰਭਾਲ ਕੇ ਰੱਖਦੇ ਹਾਂ। ਭੈਣੇ ਅੱਜ ਕੱਲ੍ਹ ਦੇ ਟਾਈਮ 'ਚ ਤਾਂ ਜਦੋਂ ਕਿਸੇ ਦਾ ਵਿਆਹ ਧਰ ਲਈ, ਇੱਕ ਦਿਨ 'ਚ ਸਾਰੀ ਸ਼ੋਪਿੰਗ ਹੋ ਜਾਂਦੀ ਹੈ, ਮਤਲਬ ਇੱਕ ਦਿਨ 'ਚ ਅਗਲਾ ਸ਼ਹਿਰ 'ਚੋਂ ਹਰ ਚੀਜ਼ ਮਿਲ ਜਾਂਦੀ ਆ। ਪਰ ਜਿਵੇਂ ਤੁਸੀਂ ਆਖਿਆ ਨਾ ਵੀ ਉਹ ਸਾਲ 'ਚ 6 ਮਹੀਨਿਆਂ 'ਚ ਉਹਨਾਂ ਨੂੰ ਧੁੱਪ ਲਵਾਉਂਦੇ ਸੀ, ਫਿਰ ਵੀ ਉਹਨਾਂ ਦੇ ਖਰਾਬ ਹੋਣ ਤੋਂ ਹਨਾ, ਉਹਨਾਂ ਨੂੰ ਫਿਰ ਪੱਕੇ ਰੰਗ ਪਾਏ ਹੁੰਦੇ ਨੇ ਉਹਨਾਂ ਵਿੱਚ ਰਮਨ ਦਰੀਆਂ ਦੇ ਵਿੱਚ, ਉਹ ਕਹਿੰਦੇ ਫਿਰ ਉਹਨਾਂ ਨੂੰ ਲੱਗ ਜਾਂਦੀਆਂ, ਫਿਰ ਉਹ ਸਾਰੀਆਂ ਖਰਾਬ ਹੀ ਜਾਂਦੀਆਂ ਜੀ। ਉਹਨੂੰ ਖਰਾਬ ਹੋਣ ਤੋਂ ਵੀ ਉਹਨਾਂ ਦੀ ਹਨਾ ਉਹ ਦੇਖਭਾਲ ਕਰਦੇ ਸੀ, ਰੱਖਦੇ ਸੀ, ਨਾਲੇ ਥਾਂ ਰੁਕਦੇ ਸੀ, ਜਦੋਂ ਕਿ ਉਹਨਾਂ ਨੂੰ ਇਹ ਗੱਲ ਪੱਕਾ ਸੀ ਵੀ ਇਹਨਾਂ ਨੇ ਕਿਤੇ ਕੰਮ ਤਾਂ ਆਉਣੇ ਨੀ ਜਦੋਂ ਸਾਰਾ ਪਰਿਵਾਰ। ਭੈਣੇ ਜੇ ਪਰਿਵਾਰ ਇੱਥੇ ਵੀ ਹੋਵੇ, ਮੈਨੂੰ ਲੱਗਦਾ ਜਦੋਂ ਨਵੇਂ ਬਿਸਤਰੇ ਆਪਾਂ 1-2 ਬਿਸਤਰੇ ਕੱਢਦੇ ਹਾਂ, ਜਿਵੇਂ ਤੁਸੀਂ ਕਿਹਾ ਵੀ 23 ਬਿਸਤਰੇ ਦਿੱਤੇ ਹਨਾ, ਬਹੁਤ ਜ਼ਿਆਦਾ ਲੱਗੇ, 2 ਬਿਸਤਰੇ ਕੱਢਦੇ ਹਾਂ ਆਪਾਂ, ਇਦੋਂ ਬਾਅਦ ਤਾਂ ਬਿਸਤਰੇ ਵੀ ਨੀ ਲੱਗਦੇ, ਉਹ ਵਾਧੂ ਦੀ ਥਾਂ ਰੋਕਣ ਹੁੰਦੀ ਹੈ। ਪਰ ਪਤਾ ਨੀ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਮੋਹ ਹੁੰਦਾ ਜਿਹੜਾ ਉਹਨਾਂ ਨੂੰ ਆਪਾਂ ਨੂੰ ਉਹ ਨੀ ਕਰਨ ਦਿੰਦਾ ਹਨਾ। ਭੈਣੇ ਜਿਵੇਂ ਕਹਿ ਦਿੰਦੇ ਆ ਨਾ ਸਿਆਣੇ ਵੀ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਿਵੇਂ ਇੱਕ ਇਨਸਾਨ ਆ ਨਵੇਂ ਆਈ ਜਾਂਦੇ ਆ ਪੁਰਾਣੇ ਜਾਈ ਜਾਂਦੇ, ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਭੈਣੇ ਜਿਹੜਾ ਸੱਚ ਆ ਹਨਾ। ਕਿਸੇ ਦਾ ਵੀ ਜਾਨ ਨੂੰ ਜੀ ਕਰਦਾ ਹੁੰਦਾ, ਪਰ ਫਿਰ ਵੀ ਇਹ ਦੁਨੀਆਂ ਦੀ ਸੱਚਾਈ ਆ ਵੀ ਚੱਲਦਾ ਰਹਿੰਦਾ ਜੀ। ਪਰ ਫਿਰ ਵੀ ਆਪਾਂ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਇੰਨਾ ਕੁ ਮੋਹ ਪਾ ਲੈਂਦੇ ਆ ਕਿ ਜਿਹੜੀਆਂ ਆਪਾਂ ਨੂੰ ਸੁੱਟ ਦੇਣੀਆਂ ਚਾਹੀਦੀਆਂ, ਜਾਂ ਆਪਾਂ ਨੂੰ ਵੀ ਜਾਣਗਾ ਵੀ ਨਵੀਂ ਚੀਜ਼ ਆ ਗਈ ਤਾਂ ਪੁਰਾਣੀ ਜਾਣਗੇ ਓਦਾਂ ਚਲਾਉਣਾ ਚਾਹੀਦਾ, ਇਸ ਕਰਕੇ ਆਪਾਂ ਨਾ ਘਰ ਭਰ ਲੈਂਦੇ ਹਾਂ ਆਪਦੇ, ਬਹੁਤ ਜ਼ਿਆਦਾ ਭਰ ਲੈਂਦੇ ਰਮਨ। ਮੈਨੂੰ ਲੱਗਦਾ ਜਿਵੇਂ ਆਪਣੀਆਂ ਮਾਵਾਂ ਪਹਿਲਾਂ, ਹੁਣ ਤਾਂ ਮੈਨੂੰ ਲੱਗਦਾ ਵੀ ਬਹੁਤ ਘੱਟ ਹੋ ਗਿਆ ਰਿਵਾਜ਼ ਬਿਸਤਰੇ ਦੇਣ ਦਾ, ਜਿਵੇਂ ਪਹਿਲਾਂ ਬਿਸਤਰੇ ਦੇ ਦਿੰਦੀਆਂ ਹੁੰਦੀਆਂ ਸੀ, ਤੇ ਆਪਣੀਆਂ ਮਾਵਾਂ ਨੇ ਵੀ ਹੁਣ ਵਿੱਚੋਂ ਵੇਖੋ ਆਪਦੀਆਂ ਦਰੀਆਂ ਦੇ ਵਿੱਚੋਂ ਆਪਾਂ ਨੂੰ ਗਾਂ ਦਿੱਤੀਆਂ ਨੂੰ ਵੀ ਦਿੱਤੀਆਂ, ਕਹਿੰਦੇ ਤੇ ਸਾਡੀ ਨਿਸ਼ਾਨੀ ਦਿੱਤੀ ਹਨਾ, ਵੀ ਇੰਨੀਆਂ ਦਰੀਆਂ ਜਾਂ ਖੇਸ ਕਿਸੇ ਤੋਂ ਨੀ ਪਾੜਦੇ। ਇਵੇਂ ਇੱਕ ਪਹਿਲਾਂ ਵਾਲਾ ਨਾ ਬੁੜੀਆਂ ਦਾ ਰਿਵਾਜ਼ ਹੁੰਦਾ ਸੀ, ਪਹਿਲਾਂ ਵਾਲੇ ਟਾਈਮ 'ਚ ਨਾ ਵੀ ਸਾਡੇ ਇੱਕ ਮਹਾਜਨ ਰਹਿੰਦੇ ਹੁੰਦੇ ਸੀ, ਨਾਲ ਘਰਾਂ ਦੇ ਕੋਲੇ ਸੀ ਘਰ, ਤੇ ਉਹ ਕਹਿ ਦਿੰਦੀ ਸੀ ਵੀ ਜਦੋਂ ਤੁਹਾਡੇ ਵੀ ਜ਼ਿਮੀਂਦਾਰਾਂ ਦੇ ਵਿਆਹ ਹੁੰਦਾ ਵੀ ਤੁਹਾਨੂੰ ਤਾਂ ਇਹ ਹੁੰਦਾ ਵੀ ਅਸੀਂ ਆਪਦੀਆਂ ਧੀਆਂ ਨੂੰ ਵੀ ਬਿਸਤਰੇ ਹੀ ਦੇਣੇ ਹਨਾ, ਬਿਸਤਰਿਆਂ ਨਾਲ ਤੁਸੀਂ ਆਪਦੀਆਂ ਪੇਟੀਆਂ ਭਰ ਭਰ ਕੇ ਧੀਆਂ ਨੂੰ ਦੇ ਦਿੰਦੇ, ਸਾਡੇ ਇਸ ਗੱਲ ਨੂੰ ਨਹੀਂ ਚੰਗੇ ਸਮਝਦੇ, ਸਾਡੇ ਤਾਂ ਪੈਸਾ ਦਿੰਦੇ ਆ ਤੇ ਵੀ ਬਿਸਤਰੇ ਨਹੀਂ ਦਿੰਦੇ। ਆਪਾਂ ਨੂੰ ਜ਼ਿਮੀਂਦਾਰਾਂ ਨੂੰ ਥੋੜ੍ਹਾ ਜਿਹਾ ਇਹ ਹੁੰਦਾ ਵੀ ਅਸੀਂ ਧੀਆਂ ਨੂੰ ਵੀ ਬਿਸਤਰੇ ਵੀ ਦੇਣੇ, ਪੂਰੇ ਦੇਣੇ, ਥੋੜ੍ਹੇ ਨਹੀਂ ਦੇਣੇ। ਮਾਵਾਂ ਨੂੰ ਇਹ ਮਾਵਾਂ ਕੋਲ ਮੈਨੂੰ ਲੱਗਦਾ ਇਹ ਚੀਜ਼ ਹੀ ਹੁੰਦੀ ਹੈ ਖੁੱਲੀ ਡੁੱਲੀ, ਜਿਹੜੀ ਧੀਆਂ ਨੂੰ ਆਪਦੇ ਹੱਥ ਨਾਲ ਦਿੰਦਾ ਜੀ। ਭੈਣੇ ਚਲੋ ਦਾਜ ਤੋਂ ਗੱਲ ਯਾਦ ਆ ਗਈ, ਹੁਣ ਵੀ ਆਪਾਂ ਇਹ ਗੱਲ ਕਰਦੇ ਆ ਉਹ ਵੀ ਅੱਜ ਦੇ ਜ਼ਮਾਨੇ 'ਚ ਹਨਾ, ਜਦੋਂ ਹਰ ਇੱਕ ਦੇ ਘਰੇ ਹਰ ਚੀਜ਼ ਹੈਗੀ ਆ ਹਨਾ। ਜਿਵੇਂ ਹੁਣ ਇੱਕ ਮੁੰਡੇ ਵਾਲੇ ਆ ਜਦੋਂ ਕੋਈ ਰਿਸ਼ਤਾ ਕਰਦਾ ਹਨਾ, ਉਹਨਾਂ ਦੇ ਘਰੇ ਫਰਿੱਜ, ਕੂਲਰ, ਏਸੀ ਹਰ ਚੀਜ਼ ਹੁੰਦੀ ਹੈ, ਅੱਜ ਕੱਲ੍ਹ ਇਹੋ ਜਿਹਾ ਕੋਈ ਘਰ ਨਹੀਂ ਹੁੰਦਾ ਵੀ ਜਿਹਦੇ ਨਾ ਹੁੰਦੀ ਹਨਾ। ਫਿਰ ਵੀ ਜਦੋਂ ਇੱਕ ਬਾਪ ਧੀ ਦਾ ਵਿਆਹ ਕਰਦਾ ਉਹਨੂੰ ਫਰਿੱਜ, ਕੂਲਰ, ਏਸੀ ਸਭ ਚੀਜ਼ ਦਿੰਦਾ, ਜਦੋਂ ਕਿ ਉੱਥੇ ਤਾਂ ਡਬਲ ਡਬਲ ਹੋ ਜਾਂਦੀਆਂ ਚੀਜ਼ਾਂ। ਫਿਰ ਉਹ ਐਕਸਟਰਾ ਸਮਾਨ ਹੁੰਦਾ ਭੈਣੇ ਹਨਾ ਜਿਹੜਾ ਆਪਾਂ ਇਕੱਠਾ ਕਰ ਲੈਂਦੇ ਹਾਂ, ਪਹਿਲਾਂ ਤਾਂ ਉਹਦੇ ਨਾਲ ਘਰ ਭਰਦਾ। ਦੂਜੀ ਗੱਲ ਜਿਵੇਂ ਹੁਣ ਹਨਾ ਜਿਵੇਂ ਤੁਸੀਂ ਕਿਹਾ ਦਾਜ 'ਚ ਇੱਕ ਹੋਰ ਰਵਾਇਤ ਵੀ ਆ ਭਾਂਡਿਆਂ ਦੀ, ਬਹੁਤ ਜ਼ਿਆਦਾ ਹੁੰਦੀ ਹੈ ਜੀ, ਕਿਉਂਕਿ ਭਾਂਡੇ ਹੁਣ ਤੁਸੀਂ ਆਪਣੇ ਦੇਖ ਲਓ ਹਨਾ, ਆਪਣੇ ਬੈੱਡ ਭਰੇ ਪਏ ਆ ਵੀ ਅਗਲੇ ਹੁਣ ਰੋਟੀ ਖਾ ਕੇ ਪੈਂਦੇ ਆ ਹਨਾ, ਭਾਂਡੇ ਤਾਂ ਉਹਨਾਂ ਦੇ ਹੋਣਗੇ ਹੋਣਗੇ, ਇਹੋ ਜਿਹਾ ਤਾਂ ਕੋਈ ਘਰ ਨਹੀਂ ਹੋਣਾ ਵੀ ਜਿੱਥੇ ਭਾਂਡੇ ਨਾ ਹੋਣ ਹਨਾ। ਫਿਰ ਵੀ ਇੱਕ ਕੁੜੀ ਆਪਦੇ ਦਾਜ 'ਚ ਭਾਂਡੇ ਲੈ ਕੇ ਆਉਂਦੀ ਆ, ਬਹੁਤ ਜ਼ਿਆਦਾ ਲੈ ਕੇ ਆਉਂਦੀਆਂ ਕੁੜੀਆਂ ਰਮਨ ਜੀ। ਜਿਵੇਂ ਹੁਣ ਹਨਾ ਦਿੰਦੇ ਵੀ ਬਾਲਟੀ, ਪ੍ਰਾਂਤ, ਉਹ ਵੀ ਪਿੱਤਲ ਦੀ,
ਵੀ ਜਿਵੇਂ ਅਗਲਿਆਂ ਦੇ ਘਰੇ ਕੁਛ ਹੁੰਦਾ ਹੀ ਨੀ ਗਾ, ਜਿਵੇਂ ਤੁਸੀਂ ਪਿੱਤਲ ਦੇ ਕਿਹਾ ਰਮਨ ਵੀ ਆਹ ਤੁਹਾਡੇ ਕਹੇ ਤੇ ਮੇਰੇ ਯਾਦ ਆ ਗਏ, ਵੀ ਮੈਨੂੰ ਪ੍ਰਾਂਤ ਵੀ ਦਿੱਤੀ ਪਿੱਤਲ ਦੀ ਤੇ ਬਾਲਟੀ ਜਿਹੜੀ ਉਹ ਵੀ ਪਿੱਤਲ ਦੀ ਦਿੱਤੀ ਹਨਾ, ਤੇ ਉਹ ਮੈਨੂੰ ਲੱਗਦਾ ਮੈਂ ਇੱਕ ਦਿਨ ਨੀ ਹਜੇ ਤੱਕ ਵਰਤੇ, ਉਹ ਉਵੇਂ ਦੀ ਉਵੇਂ ਹੀ ਪਏ ਹਨਾ। ਵੀ ਉਹ ਵੇਖੋ ਪਿੱਤਲ ਕਿੰਨਾ ਮਹਿੰਗਾ ਹੁੰਦਾ, ਕਿੰਨੇ ਵਧੀਆ ਭਾਂਡੇ ਹੁੰਦੇ ਪਿੱਤਲ ਦੇ, ਵੀ ਜਦੋਂ ਆਪਾਂ ਨੂੰ ਗਾਂਹ ਲੋੜ ਹੋਊ ਆਪਾਂ ਉਦੋਂ ਲੈ ਲਾਂਗੇ, ਪਰ ਮਾਵਾਂ ਨੂੰ ਐਂ ਹੁੰਦਾ ਵੀ ਭਾਂਡਿਆਂ ਦੇ ਵਿੱਚ ਆਹ ਚੀਜ਼ ਵੀ ਦੇ ਦਈਏ। ਕਈ ਵਾਰ ਨਾ ਆਪਣੇ ਘਰੇ ਵੀ ਤੁਹਾਡੇ ਵਾਲੀ ਗੱਲ ਵੀ ਬਗਾਨੇ ਘਰੇ ਵੀ ਹਰ ਇੱਕ ਚੀਜ਼ ਹੁੰਦੀ ਹੈ, ਲੋੜ ਵੀ ਨਹੀਂ ਹੁੰਦੀ ਤੇ, ਪਰ ਇੰਨਾ ਸਮਾਨ ਆਪਾਂ ਲੈ ਆਉਂਦੇ, ਨਾਲੇ ਤਾਂ ਉਸ ਟਾਈਮ ਤੇ ਆਪਾਂ ਜਿਹੜਾ ਪੈਸਾ ਉਹ ਵੀ ਖਰਾਬ ਕਰਦੇ, ਨਾਲੇ ਆਪਣੇ ਗਾਂਹ ਰੱਖਣ ਨੂੰ ਜਗ੍ਹਾ ਨਹੀਂ ਇੱਥੇ ਹੁੰਦੀ ਹਨਾ। ਵੀ ਜਦੋਂ ਆਪਾਂ ਨਵੀਂ ਤੋਂ ਨਵੀਂ ਚੀਜ਼ ਲਈ ਆਉਣੀ ਹੈ, ਪੁਰਾਣੀ ਆਪਾਂ ਵਿੱਚੋਂ ਕੱਢਣੀ ਨਹੀਂ, ਨਵੀਂ ਲਈ ਆਉਣੀ ਪੁਰਾਣੀ ਕੱਢਣੀ, ਫਿਰ ਮੈਨੂੰ ਲੱਗਦਾ ਇੰਨੀ ਜਗ੍ਹਾ ਆਪਾਂ ਕਿੰਨੀ ਆਪਾਂ ਮਕਾਨ ਵੀ ਬਣਾ ਲਈਏ, ਕਿੰਨਾ ਜਗ੍ਹਾ ਜ਼ਿਆਦਾ ਲੈ ਲਈਏ, ਪਰ ਪੂਰੀ ਨਹੀਂ ਆਉਂਦੀ। ਤੇ ਕਈ ਵਾਰ ਆਪਣੇ ਸਟੀਲ ਦੇ ਭਾਂਡੇ ਜਾਂ ਹੋਰ ਹੁੰਦੇ ਆ, ਕਈ ਵਾਰ ਤਿੜਕ ਜਾਂਦੇ ਜਾਂ ਟੁੱਟ ਜਾਂਦੇ ਆ, ਕਈ ਵਾਰ ਤਾਂ ਆਪਾਂ ਨਾਲ ਦੀ ਨਾਲ ਵੇਚ ਦਿੰਦੇ। ਕਈ ਘਰਾਂ 'ਚ ਇਹ ਵੀ ਰਿਵਾਜ ਆ, ਬੁੜੀਆਂ ਕਹਿ ਦਿੰਦੀਆਂ ਇਹ ਨਹੀਂ ਵੇਚਣੀ, ਇਹਨਾਂ ਦੇ ਵੇਚੇ ਤਾਂ ਆਪਾਂ ਨੂੰ ਕੀ ਮਿਲੂਗਾ, ਇਹਦਾ ਆਪਾਂ ਨੂੰ ਕੀ ਦੇਣਗੇ, ਤੇ ਉਹ ਆਪਾਂ ਮੈਨੂੰ ਲੱਗਦਾ ਐਵੇਂ ਗੱਟੇ ਭਰ ਭਰ ਕੇ ਰੱਖੀ ਜਾਂਦੇ ਰਹਿੰਦੇ, ਵੀ ਉਹ ਪਏ ਰਹਿੰਦੇ ਆਪਣੇ ਫਾਲਤੂ। ਜੀ ਭੈਣੇ ਉਹ ਮਤਲਬ ਉਹੀ ਮੋਹ ਖਿੱਚਦਾ ਨਾ ਵੀ ਅਸੀਂ ਆਹ ਚੀਜ਼ ਨੀ ਦੇਣੀ, ਇਹ ਤਾਂ ਸਾਡੀ ਪੁਰਾਣੀ ਆ, ਇਹ ਤਾਂ ਸਾਡੀ ਸੱਸ ਦੇ ਭਾਂਡੇ ਆ, ਇਹ ਤਾਂ ਸਾਡੀ ਪੜਦਾਦੀ ਦੇ ਦਾਦੀ ਦੇ ਭਾਂਡੇ ਆ, ਹਨਾ ਇਹ ਆਪਾਂ ਦੇਣੀ ਨੀ। ਹੁਣ ਖਾਸ ਮੈਂ ਤੁਹਾਨੂੰ ਆਪਦੀ ਗੱਲ ਦੱਸਦੀ ਹਾਂ, ਆਪਣੇ ਕੱਪੜੇ ਹੁੰਦੇ ਜਿਹੜੇ ਚੀਨੀ ਦੇ, ਇਹ ਮਤਲਬ ਥੋੜੇ ਟਾਈਮ ਬਾਅਦ ਹੀ ਟੁੱਟ ਜਾਂਦੇ, ਮੈਨੂੰ ਲੱਗਦਾ ਜ਼ਿਆਦਾ ਨੀ ਕੱਟਦੇ ਗੇ, ਤੇ ਜੇ ਇਹਨਾਂ 'ਚ ਤਰੇੜ ਆ ਜੇ ਨਾ ਤਾਂ ਮੈਨੂੰ ਐਂ ਹੁੰਦਾ ਕਿ ਉਹਦੇ 'ਚ ਮਿੱਟੀ ਪਾ ਕੇ ਤਾਂ ਉਹਦੇ 'ਚ ਉਹ ਫੁੱਲ ਜਿਹੜੀ ਬੂਟੀ ਨੀ ਹੁੰਦੀ ਕਲਰ ਜਿਹੜੇ ਤੇ ਰੰਗ ਬਿਰੰਗੇ, ਹਨਾ ਉਹ ਫੁੱਲ ਲਾ ਦਿਓ, ਨਾਲੇ ਉਹਦਾ ਵਧੀਆ ਯੂਜ਼ ਹੋ ਜਾਂਦਾ ਤੇ ਨਾਲੇ ਉਹਨੂੰ ਸੁੱਟਣਾ ਨੀ ਪੈਂਦਾ। ਸੋਹਣੀ ਲੱਗਦੀ ਲੱਗੀ ਮੈਨੂੰ ਜੀ, ਉਹ ਬਾਅਦ 'ਚ ਜਦੋਂ ਫਿਰ ਜਾਂਦੇ ਆ ਉਦੋਂ ਐਂ ਲੱਗਦਾ ਵੀ ਕਿੱਡੀ ਸੋਹਣੀ ਚੀਜ਼ ਬਣ ਗਈ, ਪਰ ਮੈਨੂੰ ਲੱਗਦਾ ਨਾ ਬਹੁਤ ਘਰ ਇਹੋ ਜਿਹੇ ਆ ਜਿਹੜੇ ਉਹ ਕੱਪ 'ਚ ਕਿਸੇ 'ਚ ਤਰੇੜ ਆ ਗਈ ਨਾ, ਉਹ ਕੱਪ ਉੱਥੇ ਰੱਖ ਲੈਣਗੇ ਵੀ ਚੱਲ ਕੋਈ ਨੀ ਤਰੇੜ ਹੀ ਆਈ ਆ, ਕੀ ਹੁੰਦਾ ਵੀ ਹੋਰ ਕੱਪ ਨਵੇਂ ਲੈ ਆਉਣੇ ਪਰ ਉਹ ਨੀ ਸੁੱਟਣੇ। ਮੈਨੂੰ ਲੱਗਦਾ ਜੇ ਰਾਵਣ ਆਪਣੀ ਪੁਰਾਣੀ ਚੀਜ਼ ਆਪਾਂ ਵਰਤਾਂਗੇ ਜਦੋਂ ਟੁੱਟ ਜੂ, ਜੇ ਸਿੱਟਾਂਗੇ ਆਪਾਂ ਫੇਰ ਹੀ ਆਪਾਂ ਨਵੇਂ ਲਿਆਉਣ ਦੇ ਸਿਰੇ ਹੋਵਾਂਗੇ, ਜੇ ਆਪਾਂ ਉਸੇ ਨੂੰ ਸੰਭਾਲ ਕੇ ਰੱਖਾਂਗੇ ਨਾ ਆਪਾਂ ਤਾਂ ਨਵੀਂ ਚੀਜ਼ ਫਿਰ ਲਿਆਂਦੀ ਜਾਵੇ। ਜੀ ਭੈਣੇ ਇਹੀ ਤਾਂ ਆਪਣਾ ਖਾਸ ਵਿਸ਼ਾ, ਦੇਖੋ ਜਿਵੇਂ ਆਪਾਂ ਗੱਲ ਕਰੀ ਜਾਂਦੇ ਸੀਗੇ ਹਨਾ, ਅੱਜ ਸੁਬਹਾ ਹੀ ਗੱਲ ਕਰਦੇ ਸੀਗੇ ਵੀ ਕੋਈ ਖਾਸ ਤਾਂ ਨਹੀਂ ਤੇ ਕਿੱਡਾ ਵਿਸ਼ਾ ਬਣ ਗਿਆ ਹਨਾ, ਵੀ ਕਿੰਨੀ ਜੇ ਸੋਚੀਏ ਤਾਂ ਆਪਾਂ ਵੀ ਕਿੰਨੀਆਂ ਐਕਸਟਰਾ ਚੀਜ਼ਾਂ ਜਿਹੜੀਆਂ ਆਪਾਂ ਘਰੇ ਜਮ੍ਹਾਂ ਕਰੀ ਰੱਖਦੇ ਹਾਂ, ਬਹੁਤ ਜ਼ਿਆਦਾ ਰੱਖ ਲਏ ਭੈਣੇ, ਕਈ ਚੀਜ਼ਾਂ ਤਾਂ ਇਹੋ ਜਿਹੀਆਂ ਘਰੇ ਰੱਖਦੇ ਹਾਂ ਜਿਹੜੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ। ਦੇਖੋ ਰਮਨ ਜਿਵੇਂ ਤੁਸੀਂ ਮੈਨੂੰ ਕਿਹਾ ਹਨਾ ਵੀ ਕਈ ਚੀਜ਼ਾਂ ਐਵੇਂ ਦੇ ਹੁੰਦੇ ਜਿਹੜੇ ਬਿਮਾਰੀ ਦਾ ਘਰ ਬਣ ਜਾਂਦੇ ਨੇ, ਪਰ ਆਪਾਂ ਨੂੰ ਕਈ ਵਾਰ ਆਦਤ ਐਵੇਂ ਹੁੰਦੀ ਹੈ, ਪਰ ਆਪਾਂ ਨੂੰ ਚੀਜ਼ ਉਹ ਥੋੜੀ ਚਾਹੀਦੀ ਹੁੰਦੀ, ਆਪਾਂ ਨੂੰ ਐਂ ਹੁੰਦਾ ਵੀ ਆਪਾਂ ਵੀ ਖੁੱਲੀ ਡੁੱਲੀ ਲਿਆ ਕੇ ਰੱਖ ਲਈਏ, ਕੋਈ 6 ਮਹੀਨੇ ਲੰਘ ਜਾਣਗੇ, ਜਿਵੇਂ ਬੇਸਣ ਹੋ ਗਿਆ, ਛੋਲਿਆਂ ਦੀ ਦਾਲ ਹੋ ਗਈ ਹਨਾ, ਤੇ ਮੈਦਾ ਹੋ ਗਿਆ, ਤੇ ਇਹ ਕਈ ਚੀਜ਼ਾਂ ਐਵੇਂ ਦੇ ਨੇ ਜਿਹਨਾਂ ਦੇ ਵਿੱਚ ਵੀ ਸੁਸਰੀ ਜੀ ਪੈ ਜਾਂਦੀ ਹੈ। ਵੀ ਖਾਸ ਕਰਕੇ ਸਾਉਣ ਭਾਦੋ 'ਚ ਤਾਂ ਆਪਾਂ ਨੂੰ ਹਰ ਇੱਕ ਚੀਜ਼ ਨੂੰ ਧੁੱਪ ਲਵਾਉਣੀ ਪੈਂਦੀ ਹੈ, ਇਹ ਦੇਣੀ ਐਵੇਂ ਦੇ ਹੁੰਦੇ ਸਿੱਲੇ ਜੇ ਜਿਵੇਂ ਖਰਾਬ ਹੋ ਜਾਂਦੇ, ਕਈ ਵਾਰ ਆਪਾਂ ਇੰਨੀ ਖੁੱਲੀ ਡੁੱਲੀ ਚੀਜ਼ ਲਿਆਉਂਦੇ ਆਪਾਂ ਇੰਨੀ ਵਰਤਦੇ ਵੀ ਨਹੀਂ, ਉਹ ਜਦੋਂ ਖਰਾਬ ਹੋ ਜਾਂਦੇ ਫਿਰ ਆਪਾਂ ਸਿੱਟਣ ਨੂੰ ਤਿਆਰ ਹੋ ਜਾਂਦੇ ਹਾਂ ਵੀ ਇਹ ਤਾਂ ਹੁਣ ਖਰਾਬ ਹੋ ਗਈ ਬਸ ਸਿੱਟ ਦੋ ਤੇ ਹੁਣ ਸਾਡੇ ਵਰਤਣ ਦੀ ਕੰਮ ਵੀ ਨਹੀਂ। ਹਾਂ ਭੈਣ ਜਿਵੇਂ ਤੁਸੀਂ ਕਿਹਾ ਵੀ ਸੁਸਰੀ ਪੈ ਜਾਂਦੀ ਆ, ਮੈਂ ਕੱਲ ਪਰਸੋਂ ਹੀ ਹਜੇ ਮਤਲਬ ਚੈੱਕ ਕੀਤੇ ਡੱਬੇ ਡੱਬਿਆਂ 'ਚ ਦੇਖਿਆ ਤੇ ਛੋਲਿਆਂ ਨੂੰ ਨਾ ਉਹ ਕੁਣ ਜਲ ਗਿਆ ਪਿਆ ਲੱਗ ਜਾਂਦਾ, ਤੇ ਆਪਾਂ ਇਹ ਸੋਚ ਕੇ ਲੈ ਆਉਂਦੇ ਆ ਵੀ ਚੱਲ 6 ਮਹੀਨੇ ਨਿਕਲ ਜਾਣਗੇ ਜਾਂ ਸਾਨੂੰ 6 ਮਹੀਨੇ ਦਾ ਹਨਾ, ਆਪਣੇ ਪਿੰਡਾਂ 'ਚ ਅਕਸਰ ਬੰਦੇ ਕਹਿ ਦਿੰਦੇ ਵੀ ਜੇ ਸਾਡੇ ਤੋਂ ਰਾਸ਼ਨ ਮੰਗਵਾਉਣਾ 6 ਮਹੀਨਿਆਂ ਦਾ ਇਕੱਠਾ ਮੰਗਾਇਆ ਕਰੋ, ਪਰ ਭੈਣੇ ਉਹਨਾਂ ਨੂੰ ਨਾ ਛੋਲਿਆਂ ਨੂੰ ਉਹ ਕੁਣ ਜਲ ਲੱਗਿਆ ਪਿਆ ਸੀ, ਨਾ ਤਾਂ ਜਿਹੜਾ ਦਾਲ ਬਣਾਉਣ ਦੇ ਕੰਮ ਸੀ ਮੈਨੂੰ ਲੱਗਦਾ, ਨਾ ਵੈਸੇ ਜੇ ਆਪਾਂ ਭਿਉਂਕੇ ਵੀ ਖਾਣੇ ਉਹ ਵੈਸੇ ਵੀ ਨਹੀਂ, ਉਹ 1.5 ਕਿਲੋ ਛੋਲੇ ਸੀ ਮੈਨੂੰ ਸਿੱਟਣੇ ਪਏ, ਉਹ ਵੇਸਟ ਗਏ, ਨਾਲੇ ਉਹਦੇ ਤੇ ਖਰਚਾ ਜਿਹੜਾ ਹੋਇਆ ਉਹ ਵੱਖਰਾ ਸੀਗਾ। ਇਹ ਤਾਂ ਸਬਜ਼ੀਆਂ ਦਾ ਹੋ ਗਿਆ ਰਮਨ, ਤੁਸੀਂ ਵੇਖੋ ਕਈ ਵਾਰ ਆਪਣੇ ਕੱਪੜਿਆਂ ਦਾ ਵੀ ਐਵੇਂ ਹੁੰਦਾ ਹੈ ਨਾ, ਵੀ ਕਈ ਵਾਰ ਆਪਣੇ ਕੱਪੜੇ ਹੁੰਦੇ ਆ ਬਹੁਤ ਵਿਆਹਾਂ ਵੇਲੇ ਜਦੋਂ ਅੱਗੇ ਹੁੰਦੀਆਂ ਸੀ ਨਾ ਆਪਣੀਆਂ ਮਾਵਾਂ ਜਾਂ ਦਾਦੇ ਹੁੰਦੀਆਂ ਸੀ, ਵੀ ਜਦੋਂ ਸਾਡੇ ਵਿਆਹ ਹੁੰਦੇ ਸੀ ਸਾਡੀਆਂ ਮਾਵਾਂ ਕਹਿ ਦਿੰਦੇ ਹੁੰਦੇ ਸੀ ਵੀ ਜਿਹੜੇ ਤੁਸੀਂ ਕੱਪੜੇ ਸਮਾਉਣੇ ਆ ਵੀ ਉਦੋਂ ਹੀ ਉਸੇ ਟਾਈਮ ਸਾਰੇ ਨਾ ਸਮਾਓ, ਵੀ ਕਈ ਵਾਰ ਸਰੀਰ ਵੱਧਦਾ ਵੀ ਮੋਟੇ ਵੀ ਹੋ ਜਾਂਦੇ, ਕਈ ਵਾਰ ਪਤਲੇ ਵੀ ਹੋ ਜਾਂਦੇ ਆ, ਵੀ ਓਨੇ ਕੁ ਸਮਾਓ ਜਿੰਨੇ ਕੁ ਜ਼ਰੂਰਤ ਆ, ਪਰ ਅੱਗੇ ਕੁੜੀਆਂ ਸਮਾਉਂਦੀਆਂ ਵੀ ਓਨੇ ਹੁੰਦੀਆਂ ਸੀ, ਹੁਣ ਤਾਂ ਮੈਨੂੰ ਲੱਗਦਾ ਕੁੜੀਆਂ ਨੂੰ ਐਂ ਹੁੰਦਾ ਵੀ ਜਿੰਨੇ ਸਾਡੇ ਕੋਲ ਹੋਣ ਤੇ ਸਾਰੇ ਸਿਲਤੇ
ਤੇ ਵੀ ਹੋ, ਬਾਅਦ ਚ ਭਾਵਾਂ ਆਉਣ ਤੇ ਭਾਵਾਂ ਨਾ, ਫਿਰ ਕਈ ਵਾਰ ਸਰੀਰ ਦਾ ਫਰਕ ਵੀ ਪੈ ਜਾਂਦਾ, ਫਿਰ ਉਸ ਟਾਈਮ ਤੇ ਸਾਰੇ ਵੀ ਖਰਾਬ ਹੋ ਜਾਂਦੇ, ਫਿਰ ਆਪਾਂ ਨੀ ਵੀ ਨਵੇਂ ਲੈਣ ਦੇ ਸਿਰੇ ਹੋ ਜਾਂਦੇ ਹਾਂ। ਤੇ ਕਈ ਵਾਰ ਆਪਣੇ ਕੱਪੜੇ ਨਾ ਬਹੁਤ ਵਧੀਆ ਵੀ ਪਏ ਹੁੰਦੇ, ਸੋਹਣੇ ਵੀ ਪਏ ਹੁੰਦੇ, ਆਪਾਂ ਸਾਂਭ ਕੇ ਰੱਖ ਲੈਂਦੇ ਵੀ ਹਜੇ ਨੀ ਮੈਂ ਪਾਉਣੇ, ਠਹਿਰ ਕੇ ਪਾਉਣੇ, ਕਈ ਵਾਰ ਉਹ ਆਪਣੇ ਆਉਂਦੇ ਵੀ ਨੀ, ਮੁੜ ਕੇ ਭੀੜੇ ਜਾਂ ਹੋ ਜਾਂਦੇ ਜਾਂ ਉੱਚੇ ਨੀਵੇਂ ਹੋ ਜਾਂਦੇ, ਫਿਰ ਆਪਾਂ ਉਹਨਾਂ ਨੂੰ ਨਾ ਸੱਡਦੇ ਨੀ, ਆਪਾਂ ਕਹਿੰਦੇ ਨੇ ਨਾ ਇਹ ਤੇ ਮੇਰੇ ਵਿਆਹ ਵਾਲੇ ਆ, ਇਹ ਮੇਰੇ ਦਾਜ ਵਾਲੇ ਆ, ਮੇਰੀ ਵਰੀ ਦੇ ਆ, ਵੀ ਇਹ ਤਾਂ ਮੇਰੇ ਸਾਂਭ ਕੇ ਰੱਖਣੇ, ਆਪਾਂ ਉਹਨਾਂ ਦੀ ਸੰਭਾਲ ਦੇ ਵਿੱਚ ਹੀ ਲੱਗੇ ਰਹਿੰਦੇ, ਨਾ ਉਹ ਆਪਣੇ ਆਉਣੇ ਹੁੰਦੇ, ਨਾ ਵਾਸਤਾ ਹੁੰਦਾ, ਨਾ ਹੀ ਆਪਣੇ ਕੋਲ, ਫਿਰ ਮੈਨੂੰ ਲੱਗਦਾ ਇੰਨੀ ਜਗ੍ਹਾ ਬਚਦੀ ਹੈ ਵੀ ਆਪਾਂ ਉਹਨਾਂ ਦੀ ਵੀ ਸੰਭਾਲ ਕਰੀ ਜਾਗੀ ਜਾਂ ਰੱਖੀ ਰੱਖੀਏ, ਆਏ ਆਪਣੇ ਬੱਚਿਆਂ ਦੇ ਹੁੰਦੇ ਹਨਾ, ਆਏ ਸਾਡੇ ਰਿਸ਼ਤੇਦਾਰ, ਉਹ ਕਹਿੰਦੀ ਸੀ ਵੀ ਮੇਰੀ ਸੱਸੂ ਮਾਂ ਇਹ ਜੀ ਵੀ ਨਾ ਤੂੰ ਆਪਦਾ ਕੱਪੜਾ ਕੋਈ ਬੇਕਾਰ ਵੀ ਸਿੱਟਣ ਦੇਵੇ, ਵੀ ਨਾ ਕੋਈ ਉਹ ਕਹਿੰਦੀ ਮੈਨੂੰ ਗਾਂ ਸਿੱਟਣ ਕਿਸੇ ਨੂੰ ਦੇਣ ਦੇਵੇ ਜਾਂ ਗਰੀਬਾਂ ਨੂੰ ਦੇਣ ਦੇਵੇ, ਉਹ ਕਹਿੰਦੀ ਵੀ ਮੇਰੀ ਸੱਸ ਹਜੇ ਆਪਦੇ ਵਿਆਹ ਵੇਲੇ ਵਾਲੇ ਨਾ ਟਾਈਮ ਦੇ ਪਰਸ ਜਾਂ ਪੈਰਾਂ ਵਾਲੇ ਜੁੱਤੀ ਜੋੜਾ ਜਾਂ ਉਹਦੇ ਜਿਹੜੇ ਕੱਪੜੇ ਉੱਚੇ ਜਾਂ ਨੀਵੇਂ ਹੋ ਗਏ ਜਾਂ ਖਰਾਬ ਹੋਏ ਵੇ ਸਾਰੇ ਕਹਿੰਦੀ ਸਭ ਸਾਂਭੀ ਬੈਠੀ ਹਨਾ, ਕਈ ਵਾਰ ਜਦੋਂ ਉਹਦਾ ਜੀ ਕਰਦਾ ਜਾਂ ਉਹ ਕੱਢ ਕੇ ਵੇਖ ਲੈਂਦੀ ਹਨਾ, ਵੀ ਜਦੋਂ ਆਪਾਂ ਨੂੰ ਪਤਾ ਵੀ ਬੇਕਾਰ ਚੀਜ਼ਾਂ ਆਪਣੇ ਨਹੀਂ ਕੰਮ ਆਉਣਗਾ, ਕਿੰਨਾ ਕੁ ਟਾਈਮ ਆਪਾਂ ਨੂੰ ਵੇਖਾਂਗੇ, ਟਾਈਮ ਪੈ ਪੈ ਕੇ ਤੁਹਾਡੇ ਵਾਲੀ ਗੱਲ ਰਹਿਣਾ, ਹਰ ਇੱਕ ਚੀਜ਼ ਪੁਰਾਣੀ ਵੀ ਹੋ ਜਾਂਦੀ, ਹਰ ਇੱਕ ਚੀਜ਼ ਨਵੀਂ ਵੀ ਆਉਂਦੀ ਹਨਾ, ਵੀ ਜੋ ਆਪਾਂ ਨਾਲ ਦੀ ਨਾਲ ਕਿਸੇ ਨੂੰ ਦੇ ਦਾਂਗੇ ਜਾਂ ਕਿਸੇ ਨੂੰ ਬਰਤਨ ਨੂੰ ਦੇ ਦਾਂਗੇ, ਹੁਣ ਆਪਣੇ ਬੱਚੇ ਵੇਖੋ, ਬੱਚਿਆਂ ਦੇ ਕੱਪੜੇ ਹੁੰਦੇ ਆ, ਬੱਚੇ ਆਪਣੇ ਆਏ ਤਾਂ ਹੈ ਨੀ ਵੀ ਜੇ ਆਪਾਂ ਆਹ ਕੱਪੜੇ ਲੈ ਦਿੱਤੇ ਤਾਂ ਉਹਨਾਂ ਨੇ ਪੂਰੇ ਹੰਢਾ ਹੀ ਲੈਣੇ ਜਾਂ ਉਹਨਾਂ ਨੇ ਪਾੜ ਹੀ ਦੇਣੇ, ਬੱਚੇ ਥੋੜੇ ਟਾਈਮ 'ਚ ਵੱਧਦੇ ਫੁੱਲਦੇ ਰਹਿੰਦੇ ਹਨਾ, ਕਈ ਬੱਚਿਆਂ ਦਾ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਸੀ ਜੀ, ਤੇ ਫਿਰ ਜਦੋਂ ਬੱਚਿਆਂ ਦੇ ਕੱਪੜੇ ਆਪਣੇ ਨਹੀਂ ਆਉਂਦੇ, ਨਹੀਂ ਕੰਮ ਦੇ ਹੁੰਦੇ, ਤੇ ਆਪਾਂ ਕਿਸੇ ਨੂੰ ਦੇ ਦਈਏ, ਮੈਨੂੰ ਲੱਗਦਾ ਜੀ ਕਿਸੇ ਗਰੀਬ ਨੂੰ ਦੇ ਦਈਏ ਉਹ ਵੀ ਪਾਲੂਗਾ ਤਾਂ ਹੰਢਾਊਗਾ, ਉਹਦੇ ਕੰਮ ਆਉਣਗੇ, ਜਾਂ ਕਿਸੇ ਕੋਈ ਰਿਸ਼ਤੇਦਾਰੀ 'ਚ, ਅੱਜ ਕੱਲ੍ਹ ਤਾਂ ਫਿਰ ਮੈਨੂੰ ਲੱਗਦਾ ਕੋਈ ਕਿਸੇ ਨੂੰ ਦੇ ਦਈਏ ਰਿਸ਼ਤੇਦਾਰੀ 'ਚ, ਉਹ ਕੋਈ ਪਾਉਂਦਾ ਨਹੀਂ ਕੱਪੜੇ, ਅਗਲਾ ਕਹਿੰਦੇ ਤੁਹਾਡੇ ਲਾਏ ਵੇ ਕੱਪੜੇ ਅਸੀਂ ਕਿਉਂ ਪਾਈਏ, ਤੇ ਪਹਿਲਾਂ ਵਾਲੇ ਟਾਈਮ 'ਚ ਅੱਗੇ ਬੁੜੀਆਂ ਇੱਕ ਦੂਜੇ ਨੂੰ ਦੇ ਦਿੰਦੀਆਂ ਹੁੰਦੀਆਂ ਸੀ ਤੇ ਪਾ ਵੀ ਲੈਂਦੇ ਹੁੰਦੇ ਸੀ। ਜੀ ਭੈਣੇ, ਜਿਵੇਂ ਤੁਸੀਂ ਕੱਪੜਿਆਂ ਦੀ ਗੱਲ ਕੀਤੀ ਹਨਾ, ਵੀ ਹੁਣ ਆਪਾਂ ਨੂੰ ਨਾ ਜਦੋਂ ਹੀ ਸੀਜ਼ਨ ਬਦਲਦਾ ਉਦੋਂ ਆਪਾਂ ਨੂੰ ਐਂ ਹੁੰਦਾ ਵੀ ਕੱਪੜੇ ਲੈ ਕੇ ਰੱਖ ਲਈਏ, ਸੇਲਾਂ ਲੱਗ ਗਈਆਂ, ਸਸਤੇ ਹੋ ਗਏ ਕੱਪੜੇ ਹਨਾ, ਜਦੋਂ ਗਰਮੀ ਜਾਂਦੀ ਹੈ ਸਿਆਲ ਆਉਂਦਾ ਹਨਾ ਉਹ ਗਰਮੀ ਵਾਲਾ ਸਟੱਫ ਕੱਢ ਦਿੰਦੇ ਆ, ਤੇ ਜਦੋਂ ਸਿਆਲ ਜਾਂਦਾ ਗਰਮੀ ਆਉਂਦੀ ਆ ਉਦੋਂ ਸਿਆਲਾਂ ਵਾਲਾ ਸਟੱਫ, ਤੇ ਆਪਾਂ ਨੂੰ ਆਦਤ ਹੁੰਦੀ ਆ ਉਹ ਲੈ ਕੇ ਰੱਖਣ ਦੀ ਹਨਾ, ਤੇ ਉਹ ਕਈ ਵਾਰ ਮੈਂ ਸੋਚਦੀ ਹੁੰਦੀ ਆ ਵੀ ਜਿਹੜੇ ਕੱਪੜੇ ਪੁਰਾਣੇ ਹੋ ਗਏ ਹਨਾ ਵੀ ਉਹ ਆਪਾਂ ਸੁੱਟ ਦਈਏ ਜਾਂ ਫਿਰ ਉਹਨਾਂ ਨੂੰ ਹੁਣ ਰੱਦੀ ਹੋ ਜਾਂਦੇ ਆ ਹਨਾ, ਪਰ ਫਿਰ ਜਦੋਂ ਵੇਖੀਦਾ ਫਿਰ ਉਹਨਾਂ ਨੂੰ ਵੇਖੀਦੀ ਤਾਂ ਨਹੀਂ ਸੁੱਟਣ ਵਾਲੇ ਨੀ ਹਲੇ ਇਹ ਪਾਉਣ ਵਾਲੇ, ਵੀ ਆਪਾਂ ਨਵੇਂ ਬਣਾ ਬਣਾ ਕੇ ਹੋਰ ਰੱਖੀ ਜਾਂਦੇ ਆ ਪਰ ਉਹ ਪੁਰਾਣੇ ਨੀ ਸਿੱਟਦੇਗੇ। ਜਿਵੇਂ ਆਈ ਲਾ ਲਓ ਜਿਵੇਂ ਤੁਸੀਂ ਬੱਚਿਆਂ ਦੇ ਕੱਪੜੇ ਕਿਹਾ ਹਨਾ, ਇਹਨਾਂ ਤੇ ਤਾਂ ਭੈਣੇ ਬਜ਼ਾਰਾਂ ਬੜੀਆਂ ਹੋਈਆਂ, ਜਿਵੇਂ ਬੁੜੀਆਂ ਕਹਿੰਦੇ ਨੇ ਹੁਣ ਦਿਨ ਦਾ ਬੱਚਾ ਹੁੰਦਾ ਗਾ ਹਨਾ ਇੱਕ ਦਾ, ਉਹਦੇ ਆਪਾਂ ਕੱਪੜੇ ਪਾਉਂਦੇ, ਜਿਵੇਂ ਤੁਸੀਂ ਕਿਹਾ ਬੱਚਿਆਂ ਦੀ ਗਰੋਥ ਬਹੁਤ ਛੇਤੀ ਹੋ ਜਾਂਦੀ ਹੈਗੀ, ਤੇ ਉਹ ਜਿਹੜੇ ਕੱਪੜੇ ਹੁੰਦੇ ਆ ਤਾਂ ਉਹ ਸ਼ਾਇਦ ਆਪਣੇ ਪਿੰਡਾਂ 'ਚ ਬੁੜੀਆਂ ਇਹ ਕਰਦੀਆਂ ਕਿ ਇਸ ਅਸੀਂ ਆਪਦੇ ਬੱਚੇ ਦੇ ਪਹਿਲੇ ਵਾਰੀ ਕੱਪੜੇ ਪਾਏ ਸੀ ਉਹ ਸਾਂਭ ਕੇ ਰੱਖਦੇ ਆ ਹਨਾ, ਤੇ ਆਈ ਮਤਲਬ ਜਦੋਂ ਹੁਣ ਜਦੋਂ ਬੱਚਾ ਵੱਡਾ ਹੋਈ ਜਾਂਦਾ ਹਨਾ ਉਹਦੇ ਕੱਪੜੇ ਉੱਚੇ ਹੁੰਦੇ ਜਾਂਦੇ, ਚਲੋ ਜੇ ਤਾਂ ਕੋਈ ਛੋਟਾ ਭੈਣ ਭਰਾ ਹੁੰਦਾ ਕਈ ਵਾਰ ਤਾਂ ਆਪਾਂ ਉਹਨਾਂ ਦੇ ਪਾ ਦਿੰਦੇ ਹਾਂ, ਪਰ ਜਦੋਂ ਉਹਨਾਂ ਦੇ ਹੁੰਦੇ ਤਾਂ ਉਹ ਬੁੜੀਆਂ ਨਾ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਦੇਣ ਨੀ ਦਿੰਦੀਆਂ ਵੀ ਜਵਾਕਾਂ ਦੇ ਕੱਪੜੇ ਰੱਖ ਲਓ ਆਪਾਂ ਕਿਸੇ ਨੂੰ ਨੀ ਦੇਣੇ। ਇਹ ਪਿੰਡਾਂ 'ਚ ਵਿਚਾਰਾਂ ਵੀ ਬਹੁਤ ਬਣੀਆਂ ਹੁੰਦੀਆਂ, ਰਮਣ ਵੀ ਕਹਿ ਦਿੰਦੇ ਆਪਾਂ ਕਿਸੇ ਨੂੰ ਦੇਣੇ ਨਹੀਂ, ਪਰ ਮੈਨੂੰ ਲੱਗਦਾ ਜੀ ਦੇ ਦਈਏ ਨਾਲੇ ਤਾਂ ਆਪਣੀ ਜਗ੍ਹਾ ਬਚਦੀ ਹੈ, ਜਗ੍ਹਾ ਖਾਲੀ ਹੁੰਦੀ ਹੈ ਨਾ, ਨਾਲੇ ਆਪਾਂ ਉਹਨਾਂ ਨੂੰ ਸੰਭਾਲ ਦੇ ਵਿੱਚ ਲੱਗੇ ਰਹੇ ਨੇ। ਹੁਣ ਬੱਚਿਆਂ ਦੇ ਆਪਣੇ ਦੇ ਖੇਡਾਂ ਵੇਖੋ, ਆਪਣੇ ਵਾਲਾ ਟਾਈਮ ਤਾਂ ਹੈ ਨਹੀਂ ਅੱਗੇ ਆਪਣੇ ਕੋਲ ਖੇਡਾਂ ਹੁੰਦੀਆਂ ਇੱਕ ਦੋ ਹੁੰਦੀਆਂ, ਜਾਂ ਜਦੋਂ ਆਪਾਂ ਕੋਈ ਨਵੀਂ ਖੇਡ ਲਿਆ ਕੇ ਦੇ ਦਿੰਦੇ ਤੇ ਆਪਾਂ ਉਸੇ ਖੇਡ ਨਾਲ ਕਿੰਨਾ ਕਿੰਨਾ ਟਾਈਮ ਖੇਡ ਲੈਂਦੇ ਹੁੰਦੇ ਸੀ, ਤੇ ਹੁਣ ਦੇ ਬੱਚਿਆਂ ਨੂੰ ਤੁਸੀਂ ਕੋਈ ਖੇਡ ਲਿਆ ਕੇ ਦੇ ਦਿਓ ਇੱਕ ਜਾਂ ਦੋ ਦਿਨ ਖੁਸ਼ ਹੋ ਕੇ ਖੇਡਦੇ, ਤੀਜੇ ਚੌਥੇ ਦਿਨ ਜਾਂ ਤਾਂ ਉਹ ਤੋੜ ਦਿੰਦੇ ਆ ਜਾਂ ਉਹਨਾਂ ਨੂੰ ਆਏ ਹੁੰਦਾ ਵੀ ਇਹ ਤਾਂ ਚੇਤਾ ਤੱਕ ਗਿਆ ਸਾਨੂੰ ਕੋਈ ਨਵੀਂ ਚੀਜ਼ ਹੋਵੇ, ਵਧੀਆ ਹੋਰ ਲਿਆ ਕੇ ਦਿਓ।
ਤੇ ਅੱਜ ਕੱਲ ਮੈਨੂੰ ਲੱਗਦਾ ਵੀ ਹਰੇਕ ਦਾ ਮਾਂ ਪਿਓ ਦਾ ਵੀ ਧੀਆਂ ਪੁੱਤ ਇੰਨੇ ਲਾਡੜੇ ਵੀ ਆਪਾਂ ਖੇਡਾਂ ਆਮ ਲਿਆ ਕੇ ਵੀ ਰੱਖਦੇ ਹਾਂ ਬੱਚਿਆਂ ਲਈ, ਹਨਾ ਬਹੁਤ ਬਹੁਤ ਦਿੰਦੇ ਹਾਂ ਤੇ ਉਹ ਬੱਚਿਆਂ ਨੇ ਕਈ ਵਾਰ ਇੰਨੀਆਂ ਇੰਨੀਆਂ ਖੇਡਾਂ ਹੋ ਜਾਂਦੀਆਂ ਖਰਾਬ, ਹੁਣ ਬੱਚਿਆਂ ਦੀਆਂ ਖੇਡਾਂ ਨਾ ਬੱਚੇ ਸਿੱਟਣ ਦੇਣ, ਇਹ ਬੱਚਿਆਂ ਦੀਆਂ ਖੇਡਾਂ ਤਾਂ ਪੈਣੇ ਰਮਨ ਹੁਣ ਆਈ ਸਿੱਟਣੀਆਂ ਪੈਂਦੀਆਂ, ਜਦੋਂ ਬੱਚੇ ਕਈ ਵਾਰ ਸਕੂਲ ਗਏ ਹੋਏ ਹੁੰਦੇ ਨਾ ਉਹ ਫਿਰ ਮਗਰੋਂ ਦਾਲ ਲਾਉਣਾ ਪੈਂਦਾ ਜੀ, ਦਾਲ ਲਾਉਣ ਵਾਲੀ ਗੱਲ ਹੋ ਜਾਂਦੀ ਹੈ ਵੀ ਇਹ ਜਾਣਗੇ ਤਾਂ ਉਦੋਂ ਬਾਅਦ ਦੇਖਾਂਗੇ ਇਹਨਾਂ ਦੀ ਕਿਹੜੀ ਕਿਹੜੀ ਖੇਡ ਹੈ। ਭੈਣੇ ਤੁਸੀਂ ਉਹ ਗੌਰ ਵੀ ਕੀਤਾ ਹੋਊਗਾ ਪਰ ਬੱਚਿਆਂ ਨੇ ਉਹੀ ਖੇਡ ਮੰਗਣੀ ਹੁੰਦੀ ਆ, ਆ ਕੇ ਮੰਗਦੇ ਵੀ ਆ ਫਿਰ, ਹਨਾ ਜੀ, ਕਈ ਵਾਰ ਫਿਰ ਉਹਨਾਂ ਨੂੰ ਲਾਲਚ ਦੇਣਾ ਪੈਂਦਾ ਵੀ ਉਹ ਤੁਹਾਡੀ ਖੇਡ ਟੁੱਟ ਗਈ ਸੀ ਜਾਂ ਕਿਤੇ ਇੱਥੇ ਪਈ ਵੀ ਹੌਲੀ ਹੌਲੀ ਭੁੱਲ ਜਾਣਗੇ, ਜੇ ਮੈਨੂੰ ਲੱਗਦਾ ਆਪਾਂ ਬੱਚਿਆਂ ਨੂੰ ਪੁੱਛ ਕੇ ਵੀ ਸਿੱਟ ਕੇ ਖੇਡਾਂ ਤਾਂ ਫਿਰ ਤਾਂ ਨਹੀਂ ਉਹ ਕਿੰਨਾ ਕਿੰਨਾ, ਜਦੋਂ ਆਪਾਂ ਦੀਵਾਲੀ ਦੀ ਸਫਾਈ ਕਰਦੇ ਜਾਂ ਕੋਈ ਹੋਰ ਸਫਾਈ ਕਰਦੇ ਹਾਂ ਤੇ ਵੇਖੋ ਬੱਚਿਆਂ ਦੀਆਂ ਕਿੰਨੀਆਂ ਕਿੰਨੀਆਂ ਖੇਡਾਂ ਹੁੰਦੇ ਹੋ ਜਾਂਦੀਆਂ, ਜਾਂ ਉਹਨਾਂ ਦੀਆਂ ਕਿਤਾਬਾਂ ਜਾਂ ਕਾਪੀਆਂ, ਕਈ ਵਾਰ ਨਾ ਬੱਚਿਆਂ ਨੂੰ ਇੰਨਾ ਮੋਹ ਪਿਆਰ ਹੁੰਦਾ ਕਹਿ ਦਿੰਦੇ ਪਿਛਲੇ ਸਾਲ ਵਾਲੀਆਂ ਕਿਤਾਬਾਂ ਕਾਪੀਆਂ ਵੀ ਸਾਡੀਆਂ ਸਾਂਭੀ ਰੱਖੋ ਤੁਸੀਂ ਵੀ ਅਸੀਂ ਸਿੱਟਣੀਆਂ ਨਹੀਂ, ਪਰ ਤੁਹਾਡੇ ਵਾਲੀ ਗੱਲ ਜਦੋਂ ਸਕੂਲ ਜਾਂਦੇ ਫਿਰ ਮਗਰੋਂ ਆਪਾਂ ਨੂੰ ਪਤਾ ਹੁੰਦਾ ਵੀ ਹੁਣ ਆਹ ਚੀਜ਼ ਚਾਹੀਦੀ ਆ, ਆਹ ਨਹੀਂ ਚਾਹੀਦੀ, ਜੇ ਨਾ ਦੀ ਨਾਲ ਆਪਾਂ ਉਹ ਵੇਚ ਦਾਂਗੇ ਜਾਂ ਕਿਤੇ ਵੀ ਜਿੱਥੇ ਸਿੱਟਣ ਵਾਲੀ ਸਿੱਟ ਦਾਂਗੇ, ਹਨਾ ਫਿਰ ਤਾਂ ਆਪਣੀ ਜਗ੍ਹਾ ਵੀ ਖਾਲੀ ਹੁੰਦੀ ਹੈ, ਤੇ ਨਹੀਂ ਫਿਰ ਇੱਡਾ ਮਕਾਨ ਆਪਾਂ ਭਾਵਾਂ ਜਿਵੇਂ ਕਹਿ ਦਿੰਦੇ ਹੁੰਦੇ ਨਾ ਵੀ ਸ਼ਹਿਰਾਂ ਦੇ ਵਿੱਚ ਤਾਂ ਪਲਾਟ ਪਾਏ ਪਲਾਟਾਂ ਦੇ ਵਿੱਚ ਘਰ ਪਾਏ ਜਾਂਦੇ, ਹਨਾ, ਤੇ ਪਿੰਡਾਂ ਦੇ ਵਿੱਚ ਵੀ ਖੁੱਲੇ ਘਰ ਹੁੰਦੇ, ਕਨਾਲਾਂ 'ਚ ਵੀ ਪਾਏ ਜਾਂਦੇ, ਜੇ ਆਪਾਂ ਆਪਦੇ ਖੇਤਾਂ ਦੇ ਵਿੱਚ ਪਾਉਣਾ ਤਾਂ ਆਪਾਂ ਕਿੱਲਾ ਕਿੱਲਾ ਵੀ ਬਾਲ ਲੈਂਦੇ ਹਾਂ ਘਰ ਪਾਉਣ ਨੂੰ, ਤੇ ਫਿਰ ਤਾਂ ਮੈਨੂੰ ਲੱਗਦਾ ਆਪਾਂ ਕਿੱਲੇ 'ਚ ਘਰ ਪਾਲੀਏ ਫਿਰ ਮੈਨੂੰ ਲੱਗਦਾ ਉਹ ਵੀ ਨਹੀਂ ਪੂਰਾ ਆਉਣਾ, ਜੇ ਆਪਾਂ ਕੋਈ ਵੀ ਸਿੱਟਣ ਵਾਲੀ ਚੀਜ਼ ਵੀ ਸਾਂਭੀ ਜਾਂਦੀ, ਹਨਾ, ਫਿਰ ਜਿਹੜੀ ਨਵੀਂ ਚੀਜ਼ ਰੱਖਣ ਨੂੰ ਨਹੀਂ ਥਾਂ 'ਤੇ ਹੁੰਦਾ ਫਿਰ ਮੈਨੂੰ ਲੱਗਦਾ ਉਹ ਪੁਰਾਣੀਆਂ ਨਾਲ ਹੀ ਘਰ ਭਰ ਜਾਂਦਾ ਆਪਣਾ ਜੀ। ਭੈਣੇ ਆਈ ਹੁੰਦਾ ਜਿਵੇਂ ਬੱਚਿਆਂ ਦੀਆਂ ਖੇਡਾਂ, ਹਨਾ, ਆਪਾਂ ਜਮਾ ਕਰ ਲੈਂਦੇ ਪਿੰਡਾਂ 'ਚ ਅਕਸਰ ਆਏ ਹੁੰਦਾ ਜਿਵੇਂ ਤੁਸੀਂ ਗੱਲ ਕਹੀ ਆ, ਹਨਾ, ਵੀ ਆਪਾਂ ਸਾਂਭ ਕੇ ਵੀ ਜਦੋਂ ਆਪਾਂ ਬੱਚੇ ਨੂੰ ਸਕੂਲ ਲਾਉਣੇ ਆ, ਹਨਾ, ਉਹਦੀ ਉਹ ਯੂਨੀਫਾਰਮ ਉੱਚੀ ਹੋ ਜਾਂਦੀ, ਪਹਿਲੇ ਤਾਂ ਆਪਾਂ ਕਹਿ ਦਿੰਦੇ ਹਾਂ ਨਹੀਂ ਅਸੀਂ ਪਹਿਲੇ ਵਾਰੀ ਪਾਈ ਸੀ ਬੱਚੇ ਦੀ ਯੂਨੀਫਾਰਮ, ਅਸੀਂ ਸੰਭਾਲ ਕੇ ਰੱਖਾਂਗੇ, ਜਦੋਂ ਉਹ ਵੱਡਾ ਹੋਊਗਾ ਅਸੀਂ ਉਹਨੂੰ ਦਿਖਾਵਾਂਗੇ, ਹਨਾ, ਤੇ ਐਵੇਂ ਭੈਣੇ ਉਹਨਾਂ ਦੀਆਂ ਬੁੱਕਾਂ ਨੋਟਬੁੱਕਾਂ ਦਾ ਹੁੰਦਾ ਵੀ ਆਹ ਦਿਖਾਵਾਂਗੇ ਅਸੀਂ, ਨੋਟਬੁੱਕ ਸਾਂਭ ਕੇ ਰੱਖਦੇ ਹਾਂ ਵੀ ਆਹ ਸਾਡੇ ਬੱਚੇ ਨੇ ਪਹਿਲੀ ਵਾਰ ਲਿਖਿਆ ਵੀ ਅੱਖਰ ਪਾਇਆ ਸੀ ਜੀ, ਤੇ ਜਦੋਂ ਉਹਨੂੰ ਭੈਣੇ ਉਹ 20-22 ਸਾਲ ਦਾ ਹੁੰਦਾ, ਜਦੋਂ ਨੂੰ ਆਪਾਂ ਉਹਨਾਂ ਨੂੰ ਦਿਖਾਉਣਾ ਹੁੰਦਾ ਉਦੋਂ ਬੱਚਿਆਂ ਦੇ ਇੰਟਰਸਟ ਹੋਰ ਚੀਜ਼ਾਂ 'ਚ ਹੋ ਜਾਂਦੇ ਹੈਗੇ, ਹਨਾ, ਕਿਹੜੀ ਸਦੀ 21ਵੀਂ ਸਦੀ ਚੱਲੀ ਜਾਂਦੀ ਆ, ਬੱਚਿਆਂ ਦਾ ਧਿਆਨ ਹੀ ਨਹੀਂ ਇੱਧਰ, ਪਰ ਆਪਾਂ ਨੂੰ ਐਂ ਹੁੰਦਾ ਹਨਾ ਪਿੰਡਾਂ 'ਚ ਮਾਵਾਂ ਨੂੰ ਵੀ ਬਰਾਗ ਹੁੰਦਾ ਵੀ ਮੈਂ ਆਪਦੇ ਬੱਚੇ ਦੀ ਆਹ ਚੀਜ਼ ਵੀ ਸਾਂਭਾਂ ਤੇ ਆਹ ਵੀ ਸਾਂਭਾਂ ਜੀ, ਤਾਂ ਪਰ ਹੈ ਤਾਂ ਭੈਣੇ ਉਹ, ਪਰ ਮੋਹ ਹੁੰਦਾ, ਚਲੋ ਆਪਾਂ ਕਹਿੰਦੇ ਨੀਗੇ, ਹਨਾ, ਪਰ ਫਿਰ ਵੀ ਭੈਣੇ ਹੁੰਦੀ ਤਾਂ ਵੇਸਟੇਜ ਹੀ ਆ, ਹਨਾ, ਜਿਹੜੀ ਆਪਾਂ ਸਾਂਭ ਸਾਂਭ ਕੇ ਰੱਖੀ ਰੱਖਦੇ ਹਾਂ, ਕਿਉਂਕਿ ਉਹਨਾਂ ਨੇ ਤਾਂ ਨੈਕਸਟ ਕਲਾਸ 'ਚ ਹੋ ਜਾਣਾ, ਉਹਨਾਂ ਦੀਆਂ ਤਾਂ ਨਿਊ ਬੁੱਕਸ ਆ ਜਾਣੀਆਂ, ਨਿਊ ਯੂਨੀਫਾਰਮ ਆ ਜਾਣੇ, ਹਰ ਚੀਜ਼ ਨਿਊ ਆ ਜਾਣੀ ਹੈ, ਪਰ ਫਿਰ ਵੀ ਆਪਾਂ ਭੈਣੇ ਉਹ ਜਿਹੜੀ ਚੀਜ਼ ਆ ਉਹ ਆਪਾਂ ਨਹੀਂ ਸੁੱਟਦੇ ਨੀਗੇ, ਫਿਰ ਵੀ ਉਹਨੂੰ ਸੰਭਾਲੀ ਰੱਖਦੇ ਹਾਂਗੇ, ਜਿਹੜਾ ਇਹ ਮੇਨ ਕਾਰਨ ਬਣਦਾ ਆਪਣੇ ਘਰ ਭਰਨ ਦਾ। ਆਪਾਂ ਕਹਿ ਦਿੰਦੇ ਹਾਂ ਨਾ ਜਿਵੇਂ ਤੁਸੀਂ ਕਿਹਾ, ਹਨਾ, ਵੀ ਪਿੰਡ 'ਚ ਤਾਂ ਕਨਾਲਾਂ ਦੇ ਕਿੱਲਿਆਂ ਦੇ ਹਿਸਾਬ ਤੇ ਘਰ ਹੁੰਦੇ ਆ, ਫਿਰ ਵੀ ਨਹੀਂ ਪੂਰਾ ਆਉਂਦਾ, ਹਨਾ, ਆਪਾਂ ਕਦੇ ਕਹਿ ਦਿੰਦੇ ਹਾਂ ਵੀ ਆਹ ਜੇ ਇੱਕ ਅੱਧਾ ਕਮਰਾ ਹੋਰ ਹੁੰਦਾ ਤਾਂ ਸ਼ਾਇਦ ਸਾਡਾ ਆਹ ਸਮਾਨ ਡਿੱਗ ਜਾਂਦਾ, ਪਰ ਭੈਣੇ ਜਿਹੜੀ ਮੈਨੂੰ ਲੱਗਦਾ ਅੱਧੋ ਜ਼ਿਆਦਾ ਘਰ 'ਚ ਤਾਂ ਆਪਾਂ ਉਹ ਵੇਸਟੇਜ ਰੱਖੀ ਹੁੰਦੀ ਹੈ ਜਿਹਨੂੰ ਆਪਾਂ ਕਦੇ ਵਰਤਿਆ ਵੀ ਨਹੀਂ ਹੁੰਦਾ, ਐਵੇਂ ਦੀ ਹੋ ਜਾਂਦਾ ਰਮਨ ਜੀ। ਤੁਸੀਂ ਐਂ ਵੇਖੋ ਰਮਨ ਵੀ ਆਪਣੇ ਜੁੱਤੀ ਜੋੜੇ ਵੀ ਕਿੰਨੇ ਕਿੰਨੇ ਹੁੰਦੇ ਆ, ਹਨਾ, ਵੀ ਜਦੋਂ ਆਪਾਂ ਜਾਣਾ ਕਈ ਵਾਰ ਬੱਚਿਆਂ ਨੂੰ ਕੁਛ ਦਵਾਉਣ ਜਾਣਾ ਜੀ, ਉਦੋਂ ਆਪਦੇ ਸੋਹਣੇ ਲੱਗੇ ਤਾਂ ਆਪਾਂ ਉਹ ਚੀਜ਼ ਵੀ ਲੈ ਹੀ ਆਉਣੀ ਵੀ ਸਾਨੂੰ ਸੋਹਣੀ ਲੱਗੀ, ਪਰ ਪਾਗੇ ਭਾਵਾਂ ਨਾ ਪਾਗੇ ਕਈ ਵਾਰ ਤਾਂ ਆਪਾਂ ਚੀਜ਼ ਸੋਹਣੀ ਹੁੰਦੀ ਕਹਿ ਦਿੰਦੇ, ਸੋਹਣੀ ਲੱਗਦੀ ਸਾਨੂੰ ਉਹਨੂੰ ਸਾਂਭ ਹੀ ਰੱਖਦੇ, ਆਪਾਂ ਪਾਉਂਦੇ ਵੀ ਨਹੀਂ ਪੈਰਾਂ 'ਚ ਉਹਨੂੰ ਵੀ ਐਂ ਹੁੰਦਾ ਸੋਹਣੀ ਪਈ, ਉਹ ਕਈ ਵਾਰ ਪਈ ਪਈ ਚੀਜ਼ ਖਰਾਬ ਹੋ ਜਾਂਦੀ, ਸਿੱਟਣੀ ਵੀ ਪੈ ਜੇ ਭਾਵਾਂ ਦੀ ਆਪਾਂ, ਤੇ ਆਪਾਂ ਪਾਉਂਦੇ ਨਹੀਂ ਉਹਨੂੰ, ਤੇ ਜਾਂ ਆਪਾਂ ਜਦੋਂ ਪਾਉਂਦੇ ਹੁੰਦੇ ਸਿਆਲ 'ਚ ਵੇਖੋ ਆਪਾਂ ਵੀ ਜਿਵੇਂ ਛੂਹ ਪਾਏ ਹੁੰਦੇ ਕਿੰਨੇ ਕਿੰਨੇ ਜੋੜੇ ਆਪਾਂ ਲਾ ਲੈਣੇ, ਤੇ ਪਾਉਂਦੇ ਆਪਾਂ ਇੱਕ ਦੋ ਹੀ ਹੁੰਦੇ ਕਹਿ ਦਿੰਦੇ, ਇਹਨਾਂ 'ਚ ਮੇਰੇ ਪੈਰ ਜੇ ਵੀ ਸੌਖੇ ਰਹਿੰਦੇ ਨਾ ਵਧੀਆ ਤੁਰ ਪੈਂਦੇ, ਤੇ ਆਹ ਥੋੜ੍ਹੀ ਜਿਹੀ ਮੇਰੇ ਉਂਗਲਾਂ ਤੋਂ ਤੰਗ ਹੁੰਦੇ ਜਾਂ ਐਂ ਤੰਗ ਹੁੰਦੇ, ਪਰ ਆਪਾਂ ਉਹਨਾਂ ਨੂੰ ਸਾਂਭ ਕੇ ਰੱਖ ਲੈਣ ਵੀ ਕਿਤੇ ਇਹ ਵੀ ਪਾਉਣੇ ਪੈ ਜਾਣਗੇ, ਤੇ ਐਂ ਨਹੀਂ ਹੁੰਦਾ ਵੀ ਨਾਲ ਦੀ ਨਾਲ ਵੀ ਜਿਹੜਾ ਦਰਾਜ ਆਪਾਂ ਉਹੀ ਰੱਖੀਏ, ਜਿਹੜਾ ਆਪਾਂ ਪਾਉਣਾ, ਜਿਹੜਾ ਨਹੀਂ ਪਾਉਣਾ ਤਾਂ ਆਪਾਂ ਸਿੱਟ ਦਈਏ ਨਾਲ ਦੀ ਨਾਲ, ਜਾਂ ਕਿਸੇ ਨੂੰ ਹੋਰ ਦੇ ਦਈਏ, ਜੇ ਆਪਣੇ ਉਂਗਲਾਂ 'ਚ ਤੰਗ ਤਾਂ ਕਿਸੇ ਦੇ ਹੋਰ ਆ ਜਾਊ ਉਹਨੂੰ ਦੇ ਦਈਏ ਵੀ ਉਹ ਪਾ ਲੈਣਗੇ, ਪਰ ਨਹੀਂ ਆਪਣਾ ਇੰਨਾ ਦਿਲ ਨਹੀਂ ਵੱਧਦਾ ਹੁੰਦਾ ਮੈਨੂੰ ਲੱਗਦਾ ਚੀਜ਼ ਸਿੱਟਣ 'ਚ।
ਹਾਂ ਭੈਣੇ, ਜਿਵੇਂ ਤੁਸੀਂ ਕਿਹਾ ਹਨਾ, ਸਿਆਲਾਂ ਵਾਲੇ ਆਪਣੇ ਬੂਟ ਕਿੰਨੇ ਹੁੰਦੇ ਹੈਗੇ, ਤੇ ਆਹ ਸੈਂਡਲ ਜੁੱਤੀਆਂ ਹੀ ਆਪਣੇ ਕਿੰਨੇ ਹੁੰਦੇ ਆ ਹਨਾ। ਮੈਂ ਥੋੜੇ ਜਿਹੇ ਦਿਨ ਪਹਿਲਾਂ ਸਫਾਈ ਕੀਤੀ ਤੇ ਮੈਂ ਸੈਂਡਲ 4-5 ਜਿਹੜੇ ਖਰਾਬ ਹੋਏ ਪਈ ਸੀਗੇ ਉੱਥੇ, ਉਹ ਪਏ ਪਏ ਹੋ ਜਾਂਦੇ ਭੈਣੇ, ਉਹ ਚਮੜਾ ਜਿਹਾ ਹੀ ਏਦਾਂ ਹੁੰਦਾ ਹਨਾ ਜਿਹੜਾ ਖਰਾਬ ਹੋ ਜਾਂਦਾ ਜਦੋਂ ਕੋਈ ਪਾਏ ਵੀ 1-2 ਵਾਰੀ ਹੋਣਗੇ, ਤੇ ਫਿਰ ਮੈਂ ਮਜਬੂਰ ਹੋ ਕੇ ਮੈਨੂੰ ਸਿੱਟਣੇ ਪਏ। ਪਾਉਣੇ ਤਾਂ ਆਪਾਂ ਉਹੀ 4-5 ਹੁੰਦੇ ਆ, ਪਰ ਆਪਾਂ ਇੰਨੇ ਰੈਕ ਸ਼ੂਜ਼ ਰੈਕ ਭਰ ਲੈਨੇ ਆ ਵੀ ਆਹ ਵੀ ਪਾਵਾਂਗੇ ਆਹ ਵੀ ਪਾਵਾਂਗੇ। ਆਪਾਂ ਉਹਨਾਂ ਨੂੰ ਸਿੱਟਣਾ ਨਹੀਂ, ਬਸ ਇੱਕ ਥਾਂ ਭਰਨੀ ਹੁੰਦੀ ਆ ਵੀ ਆਪਾਂ ਰੱਖੀ ਰੱਖਦੇ ਆ ਵੀ ਹਾਂ ਪਏ ਆ, ਜਦੋਂ ਕਿ 1-2 ਸਾਲ ਲੰਘਣ ਤੇ ਉਹਨਾਂ ਨੇ ਖਰਾਬ ਹੋ ਜਾਣਾ ਹੁੰਦਾ ਹੈ ਨਾ। ਜਿਵੇਂ ਤੁਸੀਂ ਸ਼ੂਜ਼ ਦੀ ਗੱਲ ਕੀਤੀ, ਸ਼ੂਜ਼ ਆਪਣੇ ਕੋਲੇ ਹੋਣਗੇ ਘੱਟੋ ਘੱਟ 6-7 ਜੋੜੇ ਹੁੰਦੇ ਆ, ਪਰ ਆਪਾਂ ਫਿਰ ਕੀ ਕਰਨੇ ਆ, ਪਾਉਣੇ ਆਪਾਂ ਉਹੀ 1 ਜੋੜਾ ਹੁੰਦਾ, 1-2 ਹੋਣੇ ਜੀ। ਤੇ ਕਈ ਵਾਰ ਆਪਾਂ ਟੁੱਟ ਜੇ ਕੋਈ ਸਿੱਟ ਦੀਏ, ਫਿਰ ਆਪਾਂ ਨੂੰ ਦਿਲ ਨੂੰ ਆਈ ਰਹਿੰਦਾ ਵੀ ਹੁਣ ਮੇਰੇ ਕੋਲ ਘੱਟ ਗਏ, ਜਿੰਨਾ ਚਿਰ ਹੋਰ ਨਹੀਂ ਲਿਆਉਂਦੇ ਉਨਾ ਚਿਰ ਟੇਕ ਨਹੀਂ ਆਉਂਦੀ ਵੀ ਹੁਣ ਮੇਰੇ ਕੋਲ ਥੋੜੇ ਰਹਿ ਗਏ ਜੀ। ਉਹ ਚਾਹੇ ਆਪਾਂ ਕਦੇ ਪਾਏ ਵੀ ਨਾ ਹੋਣ, ਤੇ ਉਹ ਆਪਾਂ ਫਿਰ ਐ ਰੱਖੀ ਰੱਖਦੇ ਆ ਭੈਣੇ, ਇੱਕ ਤਾਂ ਸ਼ੂਜ਼ ਹੁੰਦੇ ਆ ਨਾ ਗੁੱਦ ਜੀ ਹੁੰਦੀ ਹੈ ਵਿੱਚ, ਤੇ ਉਹ ਖਰਾਬ ਹੋ ਜਾਂਦੀ ਹੈ, ਪਰ ਫਿਰ ਵੀ ਆਪਾਂ ਉਹਨਾਂ ਨੂੰ ਐਂ ਰੱਖਦੇ ਆ ਵੀ ਜਿਵੇਂ ਅਸੀਂ ਤਾਂ ਬਸ ਵੀ ਜੇ ਅਸੀਂ ਦੇਤੇ ਜਾਂ ਸਿੱਟ ਤੇ ਜਾਂ ਕਿਸੇ ਨੂੰ ਦੇਤੇ ਤਾਂ ਪਤਾ ਨਹੀਂ ਕੀ ਹੋ ਜਾਣਾ, ਜਦੋਂ ਕਿ ਉਹ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਕੰਮ ਦੀਆਂ ਨਾ, ਜਾਂ ਆਪਾਂ ਜਿਹਨਾਂ ਨੂੰ ਨਹੀਂ ਵਰਤਦੇ ਉਹਨਾਂ ਨੂੰ ਸੁੱਟ ਦੇਣਾ ਚਾਹੀਦਾ। ਵੇਖੋ ਰਾਹੁਣ, ਜਿਵੇਂ ਖੇਤੀ ਕਰਦੇ ਹੁੰਦੇ, ਸਾਡੇ ਆਪਦੇ ਵੀ ਖੇਤੀ ਕਰਦੇ ਹੁੰਦੇ ਸੀ ਪਹਿਲਾਂ, ਤੇ ਵੀ ਜਿਵੇਂ ਖੇਤੀ ਕਰਦੇ ਹੁੰਦੇ ਜਦੋਂ ਆਪਣੇ ਘਰੇ ਉਹ ਸੰਦ ਹੁੰਦੇ, ਬਹੁਤ ਲੋਹਾ ਐਵੇਂ ਦਾ ਹੁੰਦਾ ਜਿਹੜਾ ਟੁੱਟਿਆ ਫੁੱਟਿਆ ਹੁੰਦਾ ਹਨਾ, ਕਈ ਵਾਰ ਕੋਈ ਕਈ ਟੁੱਟ ਗਈ ਜਾਂ ਕੋਈ ਹੋਰ ਕਸਗਾ ਟੁੱਟ ਗਿਆ, ਵੀ ਐਵੇਂ ਦੇ ਸੰਦ ਕਿੰਨੇ ਹੁੰਦੇ, ਕਿੰਨਾ ਕਿੰਨਾ ਲੋਹਾ ਜਿਹੜਾ ਹੁੰਦਾ ਉਹ ਖਰਾਬ ਹੋ ਜਾਂਦਾ। ਕਈ ਤਾਂ ਐਂ ਹੁੰਦਾ ਵੀ ਕਹਿ ਦਿੰਦੇ ਜਦੋਂ ਕਈ ਟੁੱਟ ਗਈ ਜਾਂ ਵੀ ਨਵੀਂ ਲੈ ਕੇ ਆਉਣੀ ਤੇ ਉਹ ਵਿੱਚ ਦੇ ਕੇ ਨਾਲ ਦੀ ਨਾਲ ਹੀ ਲੈ ਆਉਂਦੇ, ਤੇ ਕਈਆਂ ਨੂੰ ਐਂ ਬਾਣ ਹੁੰਦੀ ਜਿਹੜਾ ਲੋਹਾ ਵੀ ਹੁੰਦਾ ਜੇ ਬੇਕਾਰ ਚੀਜ਼ ਹੁੰਦੀ ਹੈ ਫਾਲਤੂ ਸਿੱਟਣ ਵਾਲੀ ਹੁੰਦੀ, ਵੀ ਇੱਕ ਥਾਂ ਤੇ ਜਗ੍ਹਾ ਤੇ ਰੱਖੀ ਜਾਂਦੇ ਆ, ਇਕੱਠੀ ਕਰੀ ਜਾਂਦੇ ਆ, ਜਦੋਂ ਐਂ ਹੁੰਦਾ ਵੀ ਵਾਹਵਾ ਲੋਹਾ ਹੋ ਗਿਆ ਉਦੋਂ ਵੇਚਣ ਜਾਵਾਂਗੇ। ਉਹ ਜਾਂਦੇ ਵੀ ਉਵੇਂ ਹੁੰਦੇ ਸੀ, ਇੱਕ ਵਾਰ ਜਦੋਂ ਹੋ ਜਾਂਦੀ ਸੀ ਟਰਾਲੀ ਭਰ ਕੇ ਲੈ ਜਾਂਦੇ ਸੀ ਸ਼ਹਿਰ, ਤੇ ਉਦੋਂ ਉਹ ਵੇਚ ਆਉਂਦੇ ਹੁੰਦੇ ਸੀਗੇ, ਜਦੋਂ ਫਿਰ ਵੇਚ ਕੇ ਆਉਂਦੇ ਹੁੰਦੇ ਸੀ ਫਿਰ ਉਹ ਪੈਸੇ ਨਹੀਂ ਸੀ ਘਰੇ ਲੈ ਕੇ ਆਉਂਦੇ, ਕਹਿ ਦਿੰਦੇ ਸੀ ਪੈਸੇ ਘਰੇ ਲੈ ਕੇ ਜਾਵਾਂਗੇ ਤੇ ਪੈਸੇ ਤੇ ਪੈਸਾ ਲੱਗ ਜਾਂਦਾ ਵਿੱਚ, ਹਨਾ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਵੇਚ ਕੇ ਅਸੀਂ ਤਾਂ ਕੀ ਚੀਜ਼ ਲੈ ਕੇ, ਉਹਨਾਂ ਨੇ ਘਰੇ ਉਹ ਚੀਜ਼ ਲੈ ਕੇ ਆਉਣੀ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਸਾਡੇ ਘਰੇ ਆਹ ਚੀਜ਼ ਹੈ ਨਹੀਂ ਤੇ ਉਵੇਂ ਦੀ ਲੈ ਕੇ ਆਉਣੀ ਹੁੰਦੀ ਸੀ। ਚੱਲ ਇੰਨੇ ਨਾਲ ਮੈਨੂੰ ਲੱਗਦਾ ਉਹ ਜਿਹੜੀ ਚੀਜ਼ ਹੁੰਦੀ ਸੀ ਕੋਈ ਨਵੀਂ ਚੀਜ਼ ਵੀ ਘਰੇ ਬਣ ਜਾਂਦੀ ਸੀ, ਤੇ ਜਿਹੜਾ ਆਪਾਂ ਇਕੱਠਾ ਐਂ ਕਰਕੇ ਲੋਹਾ ਵੇਚਦੇ ਹੁੰਦੇ ਸੀ ਉਹ ਕਿਸੇ ਅਰਥ ਵੀ ਆ ਜਾਂਦਾ ਸੀ, ਤੇ ਜੇ ਆਪਾਂ ਮੈਨੂੰ ਲੱਗਦਾ ਰੇਹੜੀ ਵਾਲਿਆਂ ਨੂੰ ਨਾਲ ਦੀ ਨਾਲ ਵੇਚ ਦਈਏ ਉਹਦੇ 'ਚ ਕੁਛ ਮਿਲਦਾ ਨਹੀਂ, ਉਹ 100-200 ਦੇ ਜਾਂਦੇ, ਉਹ ਪਤਾ ਨਹੀਂ ਲੱਗਦਾ ਆਪਣਾ ਕਿੱਥੇ ਲੱਗ ਗਿਆ ਕਿੱਥੇ ਨਹੀਂ ਲੱਗਿਆ। ਭੈਣੇ ਕਈ ਲੋਕ ਤਾਂ ਇੱਦਾਂ ਦੇ ਹੁੰਦੇ ਆ ਵੀ ਕੋਈ ਵੀ ਚੀਜ਼ ਹੋਵੇ ਹਨਾ, ਵੀ ਜੇ ਇਕੱਠਾ ਹੋ ਗਿਆ ਜਿਵੇਂ ਤੁਸੀਂ ਲੋਹੇ ਦੀ ਗੱਲ ਕੀਤੀ ਹਨਾ, ਵੀ ਇਕੱਠਾ ਕਰਕੇ ਵੀ ਕੋਈ ਇਹੋ ਜਿਹੀ ਚੀਜ਼ ਲੈ ਆਉਂਦੀ ਜਿਹੜੀ ਆਪਣੇ ਕੰਮ ਦੀ ਹੋਵੇ ਹਨਾ, ਪਰ ਕਈ ਲੋਕ ਭੈਣੇ ਇਹੋ ਜਿਹੇ ਹੁੰਦੇ ਆ ਜਿਹੜੇ ਇਕੱਠਾ ਕਰੀ ਜਾਂਦੇ ਆ ਤੇ ਉਹਨਾਂ ਦਾ ਕੋਈ ਸਹੀ ਯੂਜ਼ ਨਹੀਂ ਕਰਦੇ ਗੇ, ਵੀ ਚੱਲ ਜੇ ਆਏ ਆ ਜਿਵੇਂ ਹੁਣ ਆਪਣੀਆਂ ਨਾ ਆਹ ਵੇਖਾ ਮੁੱਖੇ ਲਾ ਲਓ ਘਰੇ ਆਵੇ ਵੀ ਵੱਡੇ ਵੱਡੇ ਉਹ ਕਰੀਨ ਜੇ ਲੱਗੇ ਆ ਜਿਨ੍ਹਾਂ ਵਿੱਚ ਪਾ ਪਾ ਕੇ ਰੱਖੇ ਜਾਂਦੇ ਆ ਵੀ ਆਪਾਂ ਆਹ ਯੂਜ਼ ਕਰਾਂਗੇ ਵੀ ਇਹ ਤਾਂ ਕਦੇ ਲੋੜ ਪੈ ਜੂ ਹਨਾ, ਜਾਂ ਕੋਈ ਬੱਲਬ ਵਗੈਰਾ ਹੁੰਦਾ ਉਹ ਵੀ ਉੱਥੇ ਰੱਖ ਦੇਣਾ ਫਿਊਜ਼ ਬੱਲਬ ਵੀ ਇਹ ਇਹ ਇੱਥੇ ਰੱਖ ਲਓ ਇਹਦੀ ਵੀ ਕਦੇ ਲੋੜ ਪੈ ਜੂ, ਜਾਂ ਆਪਣੇ ਕਈ ਵਾਰ ਆਪਣੇ ਮਿਸਤਰੀ ਲੱਗਿਆ ਹੁੰਦਾ ਆਪਾਂ ਸੁੱਚਾ ਸੱਚਾ ਹਨਾ ਜੇ ਵੱਧ ਜਾਣ ਉਹ ਵੀ ਰੱਖ ਲੈਂਦੇ ਆ, ਜਦੋਂ ਕਿ ਉਹਦਾ ਕੋਈ ਕੰਮ ਨਹੀਂ ਆਉਂਦਾ ਤੇ ਉੱਥੇ ਪੰਗਾ ਹੀ ਸੜ ਗਲ ਜਾਂਦੀਆਂ ਹੁੰਦੀਆਂ, ਤੇ ਆਹ ਚੀਜ਼ ਹੁੰਦੀ ਹੈ। ਤੇ ਭੈਣੇ ਜਿਵੇਂ ਤੁਸੀਂ ਕਿਹਾ ਵੀ ਕਈ ਲੈ ਜਾਂਦੇ ਆ ਹਨਾ ਟਰਾਲੀ ਚ ਪਾ ਕੇ ਲੋਹਾ ਤੇ ਆਪਦੀ ਕੋਈ ਵਧੀਆ ਚੀਜ਼ ਲੈ ਆਉਂਦੇ ਹੈਗੇ, ਵੀ ਕਈ ਤਾਂ ਲੋਕ ਇਹੋ ਜਿਹੇ ਹੁੰਦੇ ਹੈਗੇ ਵੀ ਉਹਨਾਂ ਨੂੰ ਸਹੀ ਜਗ੍ਹਾ ਤੇ ਹਰ ਚੀਜ਼ ਮੇਨਟੇਨ ਕਰਨੀ ਆਉਂਦੀ ਹੁੰਦੀ ਹੈਗੀ। ਤੇ ਇੱਕ ਐਵੇਂ ਨਾ ਮੇਰੇ ਮਾਮਾ ਜੀ ਕਹਿੰਦੇ ਮੇਰੇ ਨਾਨਕਿਆਂ ਨੇ ਘਰ ਆਪਦਾ ਨਵਾਂ ਪਾਇਆ ਢਾਣੀ ਚ, ਤੇ ਉਹਨਾਂ ਨੇ ਪੁਰਾਣੇ ਘਰੋਂ ਜਦੋਂ ਜਾਣਾ ਮੇਰੀ ਮਾਮੀ ਤੇ ਮੇਰੀ ਨਾਨੀ ਕਹਿੰਦੇ ਵੀ ਆਹ ਜਿਹੜੀ ਵੀ ਉਹਨਾਂ ਦੀ ਸੱਸ ਦਾ ਮੇਰੀ ਨਾਨੀ ਦੀ ਸੱਸ ਦਾ ਸੰਦੂਕ ਸੀਗਾ ਵੀ ਆਪਾਂ ਇੱਥੇ ਹੀ ਰੱਖ ਦਈਏ, ਵੀ ਆਪਾਂ ਹੁਣ ਕੀ ਕਰਨਾ ਗਾ ਵੀ ਆਪਾਂ ਬਾਕੀ ਸਮਾਨ, ਫਿਰ ਮੇਰੇ ਮੇਰੇ ਮਾਮਾ ਜੀ ਸੀਗੇ ਜਿਹੜੇ ਉਹ ਕਹਿੰਦੇ ਨਹੀਂ ਤੁਸੀਂ ਆਪਦੀਆਂ ਪੇਟੀਆਂ ਰੱਖ ਜਾਓ, ਮੈਂ ਤਾਂ ਆਪਦੀ ਦਾਦੀ ਦਾ ਸੰਦੂਕ ਲੈ ਕੇ ਜਾਊਂਗਾ
ਵੀ ਉੱਥੇ ਘਰੇ, ਜਦੋਂ ਕਿ ਉਹ ਲੈ ਕੇ ਵੀ ਗਏ ਆ ਹੁਣ, ਉਹ ਪਹਿਲੇ ਸੰਦੂਕ ਹੁੰਦੇ ਸੀ ਨਾ, ਪਹਿਲਾਂ ਉੱਤੇ ਪਿੱਤਲ ਦੇ ਕੇਲਣ ਦੇ ਲੱਗੇ ਹੁੰਦੇ ਸੀ ਜੀ, ਉਹ ਅੱਜ ਵੀ ਉੱਥੇ ਹੈਗਾ। ਤੇ ਮੈਂ ਕਈ ਵਾਰ ਸੋਚਦੀ ਹੁੰਦੀ ਆ ਵੀ ਚਲੋ ਉਹ ਤਾਂ ਮੋਹ ਜੁੜਿਆ ਪਿਆ ਨਾਲ, ਹਨਾ, ਪਰ ਹੈ ਭੈਣੇ ਉਹ ਐਕਸਟਰਾ ਚੀਜ਼ ਜਿਹੜੀ ਕੋਈ ਕੰਮ ਹੀ ਨੀ ਆਉਂਦੀ ਗੀ, ਹਨਾ, ਕਿ ਉਹਦੇ ਚ ਚਲੋ ਹੁਣ ਕੁਛ ਪਾਇਆ ਹੋਊਗਾ, ਉਹ ਗੱਲ ਵੱਖਰੀ ਆ, ਪਰ ਮੈਨੂੰ ਲੱਗਦਾ ਉਹ ਹੈ ਤਾਂ ਇੱਕ ਘਰ ਪਰ, ਹਨਾ, ਜਿਹੜੀਆਂ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਦਾ ਰਿਵਾਜ ਜਾਈ ਜਾਂਦਾ, ਲੋਕ ਇੱਕ ਮੋਹ ਦੀ ਖਾਤਰ ਉਹਨਾਂ ਨੂੰ ਆਪਦੇ ਘਰੇ ਰੱਖਦੇ ਆ ਜਿਹੜੇ। ਹਾਂ, ਨਾਲੇ ਜਿਵੇਂ ਜਿਵੇਂ ਪੇਟੀ ਜਾਂ ਗਾਰਡਰੀ, ਜਿਵੇਂ ਤੁਸੀਂ ਕਿਹਾ ਬੇਬੇ ਦਾ ਸੰਦੂਕ ਸੀ ਕੋਈ, ਇਹ ਜਗ੍ਹਾ ਵੀ ਬਹੁਤ ਜ਼ਿਆਦਾ ਰੋਕ ਲੈਂਦੀ ਜੀ, ਇਹ ਕੋਈ ਐਂ ਤਾਂ ਨਹੀਂ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਚੀਜ਼ ਟਿਕ ਜੂ, ਚਲ ਆਪਾਂ ਉੱਥੇ ਹੀ ਰੱਖ ਲਵਾਂਗੇ। ਭੈਣੇ ਨਵੀਆਂ ਨਵੀਆਂ ਤਕਨੀਕ ਆਈ ਜਾਂਦੀਆਂ ਅੱਜ ਕੱਲ੍ਹ, ਹਨਾ, ਆਪਾਂ ਵੀ ਇਹੋ ਜਿਹਾ ਸਮਾਨ, ਜੇ ਕੋਈ ਆਪਣੇ ਰਿਸ਼ਤੇਦਾਰ ਵੀ ਉਹਦਾ ਇਹੋ ਜਿਹਾ ਸਮਾਨ ਸਾਹਮਣੇ ਕਰਦੇ ਹਾਂ ਜਿਹੜਾ ਕਿ ਉਹਨਾਂ ਨੂੰ ਸੋਹਣਾ ਲੱਗੇ, ਹਨਾ, ਅੱਜ ਕੱਲ੍ਹ ਕਿੰਨਾ ਮਤਲਬ ਲੱਕੜ ਦਾ ਕੰਮ, ਫਰਨੀਚਰ ਦਾ, ਕਿੰਨੇ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜਿਹਨਾਂ ਨੂੰ ਆਪਾਂ ਆਏ, ਫਿਰ ਉਹ ਚੀਜ਼ਾਂ ਵੀ ਆਪਾਂ ਕਿਸੇ ਵੈਬਸਾਈਟ ਜਾਂ ਕਿਸੇ ਕਮਰੇ ਚ ਰੱਖ ਦੇਵਾਂਗੇ ਵੀ ਉਹ ਚੀਜ਼ਾਂ, ਜਦੋਂ ਕਿ ਆਪਾਂ ਨੂੰ ਜਿਹੜਾ ਵੇਸਟ ਮਟੀਰੀਅਲ ਆ ਉਹਨਾਂ ਨੂੰ ਸੁੱਟ ਦੇਣਾ ਚਾਹੀਦਾ, ਜਾਂ ਕਿਤੇ ਇਹੋ ਜਿਹੇ ਕੰਮ ਜਿਵੇਂ ਤੁਸੀਂ ਕਿਹਾ ਸੀ, ਹਨਾ, ਵੀ ਲੈ ਜਾਣਾ ਵੀ ਉਹਨਾਂ ਨੂੰ ਵੇਚ ਕੇ ਕੋਈ ਇਹੋ ਜਿਹੀ ਚੀਜ਼ ਲੈ ਆਉਣੀ ਜਿਹੜੀ ਆਪਣੇ ਕੰਮ ਆਵੇ, ਪਰ ਨਹੀਂ, ਆਪਣਾ ਇੱਕ ਮੋਹ ਜੁੜਿਆ ਪਿਆ ਜਿਹੜਾ ਆਪਾਂ ਨੂੰ ਉਹ ਚੀਜ਼ਾਂ ਕੱਢਣ ਹੀ ਨਹੀਂ ਦਿੰਦਾ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੋਹ, ਹਨਾ, ਮੋਹ ਆਪਾਂ ਨੂੰ ਉਹ ਚੀਜ਼ ਸਿੱਟਣ ਨਹੀਂ ਦਿੰਦਾ। ਵੀ ਮੈਂ ਇਹ ਕਿਸੇ ਦੀ ਗੱਲ ਆਪਦੀ ਅੱਖੀ ਵੇਖੀ, ਕਿਸੇ ਦੇ ਉਹਨਾਂ ਦਾ ਟਰੈਕਟਰ ਲਿਆਂਦਾ ਵਾ ਪਹਿਲਾਂ ਬਹੁਤ ਜ਼ਿਆਦਾ ਟਾਈਮ ਦਾ, ਵੀ ਉਹਨਾਂ ਨੇ ਦੁਆ ਚ ਹੋਰ ਵੀ ਲਿਆਉਂਦੇ ਇੱਕ ਦੋ, ਤੇ ਪਰ ਉਹਨਾਂ ਨੇ ਖੇਤੀ ਕੀਤੀ, ਤੇ ਉਹ ਜਿਹੜਾ ਪਹਿਲਾਂ ਸੀ ਕਹਿ ਦਿੰਦੇ ਵੀ ਇਹ ਜਿਹੜਾ ਲੋਹਾ ਸੀ ਸਾਡੇ ਘਰੇ ਕਰਮ ਵਾਲਾ ਆ, ਇਹਨੂੰ ਅਸੀਂ ਵੇਚਣਾ ਨੀ, ਉਹ ਇੰਨਾ ਖਰਾਬ ਹੋਇਆ ਪਿਆ, ਬੇਕਾਰ ਹੋਇਆ ਪਿਆ, ਪਰ ਉਹਨੂੰ ਵੇਚਦੇ ਨੀ ਹਜੇ। ਤੇ ਉਹ ਜਿਹੜੇ ਨਹੀਂ ਖੇਤੀ ਕਰਦੇ ਉਹ ਕਹਿੰਦੇ ਅਸੀਂ ਲਿਆਵਾਂਗੇ ਇਹਨੂੰ, ਤੇ ਅਸੀਂ ਆਪਦੇ ਘਰੇ ਲਿਆ ਕੇ ਖੜਾਵਾਂਗੇ, ਇਹ ਸਾਡੇ ਘਰੇ ਵੀ ਪਹਿਲਾਂ ਲੋਹਾ, ਹਨਾ, ਵੀ ਕਰਮ ਵਾਲਾ ਆ, ਇਹਨੂੰ ਅਸੀਂ ਰੱਖਾਂਗੇ, ਵੀ ਉਹ ਲੋਹਾ ਤਾਂ ਹੈਗਾ ਕਰਮ ਵਾਲਾ, ਚਲੋ ਆਪਾਂ ਵੇਖਦੇ ਹਾਂ। ਵੇਖੋ ਹੁਣ ਵੀ ਜਿਵੇਂ ਟਰੈਕਟਰ ਆ ਉਹ ਕਿੰਨੀ ਜਗ੍ਹਾ ਰੋਕਦਾ, ਹਨਾ, ਕੋਈ ਐਂ ਤਾਂ ਵੀ ਥੋੜੇ ਜਿਹੇ ਥਾਂ 'ਚ ਰੋਕ ਜੂਗਾ ਵੀ ਉੱਥੇ ਆਪਾਂ ਖੜਾ ਲਾਂਗੇ। ਕਈ ਵਾਰ ਆਪਾਂ ਨੂੰ ਉਹ ਚੀਜ਼ਾਂ ਐਂ ਹੁੰਦਾ ਵੀ ਸਾਡੇ ਫਲਾਣੇ ਦੀ ਚੀਜ਼ ਲਿਆਂਦੀ ਵੀ ਆ, ਵੀ ਇਹਦੀ ਤਾਂ ਉਹ ਯਾਦਗਿਰੀ ਹੈ, ਵੀ ਜਦੋਂ ਆਪਣੇ ਕੋਲ ਉਹ ਬੰਦਾ ਨਹੀਂ ਰਿਹਾ, ਬੰਦੇ ਦਾ ਮੋਹ ਪਿਆਰ ਸੀਗਾ, ਚਲੋ, ਹਨਾ, ਵੀ ਟਰੈਕਟਰ ਨਾਲ ਉਹਨੇ ਸੰਭਾਲਿਆ ਸੀ, ਤੇ ਉਹ ਕਈ ਵਾਰ ਆਪਾਂ ਉਹ ਚੀਜ਼ਾਂ ਵੀ ਸਾਂਭ ਸਾਂਭ ਕੇ ਰੱਖਦੇ ਵੀ ਅਸੀਂ ਉਹ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਹੁਣ, ਵੀ ਉਹ ਇਹਨਾਂ ਨੂੰ ਵਰਤਦੇ ਹੁੰਦੇ ਸੀ। ਭੈਣੇ ਕਰਮਾਂ ਨਾਲ ਜੋੜਦੇ ਆ ਵੀ ਇਹ ਚੀਜ਼, ਕਈ ਵਾਰ ਮੈਂ ਪਿੰਡਾਂ 'ਚ ਆਮ ਹੀ ਸੁਣਿਆ ਵੀ ਜਿਵੇਂ ਤੁਸੀਂ ਟਰੈਕਟਰ ਦੀ ਗੱਲ ਕੀਤੀ, ਨਹੀਂ ਕੋਈ ਇਹੋ ਜਿਹਾ ਸੰਦ ਹੋਵੇ ਨਾ ਪਿੰਡਾਂ ਲੋਕਾਂ ਦੀ, ਅਰੇ ਇਹ ਕਰਮਾਂ ਵਾਲੀ ਆ, ਜਦੋਂ ਦੀ ਇਹ ਚੀਜ਼ ਆਈ ਹੈ ਨਾ ਆਪਣੇ ਘਰੇ ਕਿਸੇ ਗੱਲ ਦੀ ਤੋੜ ਨਹੀਂ ਰਹੀ। ਤੋੜ ਤਾਂ ਭੈਣੇ ਆਪਦੀ ਮਿਹਨਤ ਦੇ ਹੁੰਦਾ, ਜਦੋਂ ਆਪਾਂ ਕਮਾਉਣੇ ਆ ਖਾਂਦੇ ਆ, ਹਨਾ, ਬੰਦੇ 'ਤੇ ਡਿਪੈਂਡ ਹੁੰਦਾ, ਜੇ ਆਪਾਂ ਕੰਮ ਹੀ ਨਹੀਂ ਕਰਨਾ ਫਿਰ ਤਾਂ ਤੋੜ ਆਪੇ ਆਉਣੀ, ਉਹ ਸੰਦ ਕੀ ਕਰਨਗੇ, ਉਹ ਕੀ ਕਰਮ ਵਾਲਾ ਹੋ ਜਾਂਦਾ, ਉਹ ਦਿਨਾਂ ਦਾ ਫੇਰ ਹੁੰਦਾ ਰਮਣ ਜੀ, ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਆ। ਤੇ ਜਿਵੇਂ ਹੁਣ ਉਹ ਕਹਿ ਦਿੰਦੇ ਵੀ ਇਹ ਲੋਹਾ ਤਾਂ ਕਰਮਾਂ ਵਾਲਾ, ਤੇ ਬਸ ਕਰਮਾਂ ਕਰਮਾਂ ਦੇ ਚੱਕਰ 'ਚ ਭੈਣੇ ਆਪਾਂ ਉਹਨੂੰ ਇੱਕ ਪਾਸੇ ਲਾ ਦਿੰਦੇ ਆ, ਚਾਹੇ ਉਹਦੇ ਤੇ ਜੰਗਾਲ ਲੱਗੀ ਜਾਵੇ। ਮੇਰੇ ਇੱਕ ਹੋਰ ਗੱਲ ਰਮਣ ਯਾਦ ਆ ਗਈ, ਪਹਿਲਾਂ ਵਾਲੀਆਂ ਬੁੜੀਆਂ ਹੁੰਦੀਆਂ ਸੀ ਉਹਨਾਂ ਕੋਲੇ ਵੀ ਉਹਨਾਂ ਟਾਈਮਾਂ 'ਚ ਗੱਡੀਆਂ ਨਹੀਂ ਸੀ, ਮੋਟਰਸਾਈਕਲ ਜਾਂ ਸਕੂਟਰ ਹੁੰਦੇ ਸੀਗੇ ਨਾ, ਉਹ ਦਿੰਦੇ ਹੁੰਦੇ ਸੀ, ਤੇ ਉਹ ਨਾ ਬੇਕਾਰ ਵੀ ਹੋ ਜੇ, ਭਾਵੇਂ ਖੜਾ ਵੀ ਉਸ ਵੇਖਣ 'ਚ ਵੀ ਮੇਰੇ ਹੈਗੇ, ਉਹ ਖੜਾਈ ਰੱਖਿਆ ਕਿ ਉਹ ਜਦੋਂ ਮੇਰੇ ਗਾਂ ਨੂੰਹ ਆਊਗੀ ਮੈਂ ਆਪਦੀ ਨੂੰਹ ਨੂੰ ਦਿਖਾਊਂਗੀ ਮੈਨੂੰ ਦਾਜ 'ਚ ਆਹ ਚੀਜ਼ ਦਿੱਤੀ ਸੀ, ਹਨਾ, ਵੀ ਚਲੋ ਹੁਣ ਨੂੰਹ ਨੂੰ ਦਿਖਾਉਣ ਦੇ ਇਹਦੇ ਚੱਕਰ 'ਚ ਜਦੋਂ ਕੰਮ ਦਾ ਹੀ ਨਹੀਂ ਚੱਜਦਾ ਨਹੀਂ, ਆਪਾਂ ਵੇਚ ਕੇ ਚਲ ਜਿੰਨੇ ਪੈਸੇ ਵੱਟੀ ਦੇ ਵੱਟ ਲਓ, ਹਨਾ। ਕਈ ਵਾਰ ਬੁੜੀਆਂ ਨੂੰ ਇਹ ਵੀ ਵਹਿਮ ਜ਼ਿਆਦਾ ਹੁੰਦਾ ਵੀ ਮੈਂ ਆਪਦੀ ਨੂੰਹ ਨੂੰ ਇਹ ਦਿਖਾਊਂ ਜਾਂ ਆਪਦੇ ਜਵਾਈ ਨੂੰ ਦੱਸੂ ਵੀ ਮੈਨੂੰ ਆਹ ਚੀਜ਼ ਦਿੱਤੀ ਸੀ, ਵੀ ਭਾਵੇਂ ਉਹ ਖਰਾਬ ਹੋ ਜਾਏ ਪਰ ਪੇਕਿਆਂ ਦੀ ਕਰਕੇ ਚੀਜ਼ ਉਹ ਸਿੱਟਣ ਨਹੀਂ ਦਿੰਦੀਆਂ ਨਾ ਵੇਚਣ ਦੀ ਜੀ। ਭੈਣੇ ਰੱਖੀ ਰੱਖਦੇ ਆ ਉਹ, ਇੱਕ ਇੱਥੇ ਨੀ ਵੀ ਹਰ ਪਿੰਡ 'ਚ ਮੈਨੂੰ ਲੱਗਦਾ ਇਹੋ ਜਿਹਾ ਇੱਕ ਕਮਰਾ ਜ਼ਰੂਰ ਹੋਊ ਜਿੱਥੇ ਉਹ ਚੀਜ਼ਾਂ ਪਈਆਂ ਹੁੰਦੀਆਂ, ਜਦੋਂ ਕਿ ਘਰੇ ਨਵੀਆਂ ਚੀਜ਼ਾਂ ਨੇ ਲੈ ਲਈ ਹੁੰਦੀਆਂ ਉਹਨਾਂ ਦੀ ਜਗ੍ਹਾ, ਪਰ ਉਹ ਚੀਜ਼ਾਂ ਹੁੰਦੀਆਂ। ਪਰ ਮੈਨੂੰ ਲੱਗਦਾ ਭੈਣੇ ਜੇ ਆਪਣਾ ਸਿਸਟਮ ਜਿਵੇਂ ਆਉਣ ਜਾਣ ਇਨਸਾਨ ਦਾ ਬਣਿਆ, ਉਵੇਂ ਚੀਜ਼ਾਂ ਜਿਵੇਂ ਜਿਵੇਂ ਪੁਰਾਣੀਆਂ ਹੋਈ ਜਾਂਦੀਆਂ ਮੈਨੂੰ ਲੱਗਦਾ ਨਵੀਆਂ ਆਈ ਜਾਂਦੀਆਂ, ਉਵੇਂ ਸਿਸਟਮ ਬਦਲਣਾ ਚਾਹੀਦਾ, ਕਿਉਂਕਿ ਜੇ ਆਪਾਂ ਜਿੰਨੀਆਂ ਚੀਜ਼ਾਂ ਸੰਭਾਲਾਂਗੇ, ਜਿਵੇਂ ਹਨਾ ਆਪਾਂ ਰਸੋਈ ਦੀ ਗੱਲ ਕੀਤੀ ਸੀ ਵੀ ਕਿੰਨਾ ਬਿਮਾਰੀਆਂ ਦਾ ਕਾਰਨ, ਹੁਣ ਉਹ ਛੋਲੇ ਹੀ ਸੀ, ਹੋਏ ਤਾਂ 6 ਮਹੀਨੇ ਹੀ ਹੋਣਗੇ,
ਉਹਨਾਂ ਨੂੰ ਲਿਆਂਦੇ ਨੂੰ, ਪਰ ਉਹਨਾਂ ਨੂੰ ਉਹ ਪੈ ਗਈ, ਨਿਰਾ ਬਿਮਾਰੀ ਦਾ ਘਰ ਬਣੇ ਨਾ, ਨਾਲੇ ਆਪਾਂ ਉਹ ਵੇਸਟ ਕੀਤੇ। ਉਸੇ ਤਰ੍ਹਾਂ ਜਿਵੇਂ ਤੁਸੀਂ ਕਿਸੇ ਸੰਦ ਦੀ ਗੱਲ ਕੀਤੀ ਵੀ ਉਹਨਾਂ ਨੂੰ ਆਪਾਂ ਚਲੋ ਸਾਈਡ ਤੇ ਖੜਾ ਦਾਂਗੇ ਵੀ ਕਰਮਾਂ ਵਾਲਾ ਲੋਹਾ, ਜੇ ਅੱਜ ਉਹਦੀ ਕੀਮਤ 1 ਲੱਖ ਰੁਪਈਆ ਤੇ ਕੱਲ ਨੂੰ ਹੋਰ 4 ਦਿਨਾਂ ਨੂੰ ਸਾਲ ਖੜਾ ਰਹੂ, 2 ਸਾਲ ਖੜਾ ਰਹੂ, ਅੱਜ ਆਪਾਂ ਸੰਭਾਲਦੇ ਹਾਂ, ਕੱਲ ਨੂੰ ਆਪਣੇ ਬੱਚੇ ਜਾਂ ਆਪਣੇ ਪੋਤੇ, ਪੋਤਿਆਂ ਦੀ ਗੱਲ ਤਾਂ ਬਹੁਤ ਦੂਰ ਆ, ਕਦੇ ਬੱਚਿਆਂ ਤੇ ਲਾ ਲਓ, ਜੇ ਉਹਨਾਂ ਨੇ ਨਾ ਸੰਭਾਲਿਆ ਫਿਰ ਉਹਨਾਂ ਨੇ ਰੱਦੀ ਚ ਵੇਚਣਾ ਉਹਨੂੰ। ਰਸੋਈ ਚ ਜਿਵੇਂ ਤੁਸੀਂ ਕਿਹਾ ਸੀ ਰਮਨ, ਵੇਖੋ ਕਈ ਵਾਰ ਨਾ ਆਪਣੇ ਰਸੋਈ ਚ ਭਾਂਡੇ ਕਿੰਨੇ ਪਏ ਹੁੰਦੇ, ਕਿੰਨੇ ਬਰਤਨ ਹੁੰਦੇ ਹਨਾ, ਬਰਤਨ ਵਾਲੇ ਆਪਣੇ ਥੋੜੇ ਜਿਹੇ ਹੁੰਦੇ, ਆਪਾਂ ਉਹੀ ਵਰਤਦੇ ਹੁੰਦੇ, ਔਰ ਆਏ ਤਾਂ ਵੀ ਜਿੰਨੇ ਪਏ ਹੁੰਦੇ ਆਪਾਂ ਹਰੇਕ ਵਰਤਦੇ, ਪਰ ਮਾਣ ਹੁੰਦੀ ਬੁੜੀਆਂ ਨੂੰ ਰਸੋਈ ਚ ਆਏ ਹੁੰਦਾ ਵੀ ਆਹ ਭਾਂਡਾ ਵੀ ਹੋਵੇ, ਆਹ ਵੀ ਹੋਵੇ, ਰਸੋਈ ਆਪਣੀ ਆਪ ਭਰੀ ਵੀ ਹੁੰਦੀ ਹੈ ਵੀ ਆਪਾਂ ਨੂੰ ਖਾਲੀ ਨਾ ਕਿਤੋਂ ਦਿਸ ਜੇ ਵੀ ਸਾਡੇ ਆਹ ਰਸੋਈ ਇੱਥੋਂ ਸਾਡੀ ਖਾਲੀ ਪਈ। ਜੀ ਬੁੜੀਆਂ ਨੂੰ ਤਾਂ ਭੈਣੇ ਪਿੰਡ ਚ ਇਹ ਵੀ ਆਦਤ ਹੁੰਦੀ ਹੈ, ਜਿਵੇਂ ਕੋਈ ਮੇਲਾ ਲੱਗਦਾ ਹਨਾ ਜਾਂ ਕਿਤੇ ਵੀ ਮੱਸਿਆ ਕਿਤੇ ਵੀ ਚੰਦ ਗਾ, ਬੁੜੀਆਂ ਨੇ ਭਾਂਡੇ ਜ਼ਰੂਰ ਖਰੀਦ ਕੇ ਲਿਆਉਣੇ ਹੁੰਦੇ ਹੈਗੇ। ਤੇ ਇਹ ਮੈਂ ਨਾ ਖਾਸ ਮੇਰੀ ਮੰਮੀ ਦੀ ਆਦਤ ਬਹੁਤ ਆ ਵੀ ਉਹਨਾਂ ਨੇ ਭਾਂਡੇ, ਮੈਂ ਕਈ ਵਾਰ ਉਹਨਾਂ ਨੂੰ ਚੌੜ ਕਰਦੇ ਕਹਿੰਦੇ ਵੀ ਤੁਹਾਡੇ ਇਹ ਚੀਜ਼ ਹੈਗੀ ਵੀ ਤੁਸੀਂ ਕੀ ਕਰਨੇ ਆ, ਨਾ ਅੱਗੇ ਚੀਜ਼ ਬਣ ਜਾਂਦੀ ਹੈ, ਉਹ ਕਈ ਵਾਰ ਹਾਸੀ ਆਉਂਦੀ ਨੇ ਵੀ ਚੀਜ਼ ਤੁਹਾਡੀ ਭਾਂਡਿਆਂ 'ਚ ਹੀ ਆ ਗਈ ਵੀ ਤੁਸੀਂ ਟਾਨਾ ਭਰੀ ਜਾਂਦੇ ਹੋਗੇ ਆਪਦੇ ਹਨਾ, ਵੀ ਕੋਈ ਸਪੇਸ ਜੇ ਤੁਹਾਡੇ 2 ਡੋਲੂ ਆ ਤਾਂ 3ਜਾ ਡੋਲੂ ਲੈ ਕੇ ਤੁਸੀਂ ਕੀ ਕਰਨਾ, ਕੀ ਕਰਨਾ ਸੀ ਵੀ ਜਦੋਂ ਵਰਤਣਾ ਨਹੀਂ ਸਾਹਮਣੇ ਰੱਖਣਾ ਗਾ ਤੇ ਫਿਰ ਉਹ ਐਕਸਟਰਾ ਚੀਜ਼ ਹੀ ਹੋ ਗਈ ਨਾ ਜਿਹੜੀ ਆਪਾਂ ਬਸ ਇੱਕ ਵੇਸਟ ਕਰ ਦਿੰਦੇ ਆ। ਬੁੜੀਆਂ ਨੂੰ ਐਂ ਹੁੰਦਾ ਵੀ ਉਹ ਅਸੀਂ ਸਾਡੇ ਪੈਸੇ ਸੀ, ਅਸੀਂ ਕਮਾਈ ਸੀ, ਕਮਾਈ ਕਿੱਥੋਂ ਹੁੰਦੇ ਆ ਘਰੋਂ ਵੀ ਜਿਹੜੇ ਕਿਹੜੇ ਆਪਣੇ ਕੋਲੇ ਹਨਾ, ਬੁੜੀਆਂ ਕੋਲੇ ਕਿੱਥੋਂ ਆਉਂਦੇ ਆ ਪੈਸੇ ਵੀ ਆਪਦੇ ਬਜਟ ਜਿਹੜੀ ਕੀਤੀ ਹੁੰਦੀ ਆ ਉਹਨਾਂ ਨੇ ਉਹ ਭਾਂਡਿਆਂ ਤੇ ਲਾ ਦੇਣੇ। ਰਸੋਈ ਤੋਂ ਗੱਲ ਮੇਰੇ ਜ਼ਿਆਦਾ ਹੀ ਰਹਿਣ, ਵੇਖੋ ਕਈ ਵਾਰ ਆਪਾਂ ਫੈਂਡ ਕੇ ਲਿਆਉਂਦੇ ਉਹ ਪੀਪੇ ਕਿੱਡੇ ਕਿੱਡੇ ਹੁੰਦੇ ਆ, ਜਾਂ ਤੇਲ ਵੇਖੋ, ਜਾਂ ਕਈ ਆਪਣੇ ਕਈ ਵਾਰ ਠੰਡੇ ਦੀਆਂ ਬੋਤਲਾਂ ਕਿੰਨੀਆਂ ਕਿੰਨੀਆਂ ਹੋ ਜਾਂਦੀਆਂ ਤੇ ਉਹਨਾਂ ਦੇ ਆਪਾਂ ਝੋਲੇ ਭਰ ਲੈਣੇ, ਕਈ ਜਾਂਦੇ ਵੀ ਕਈ ਵਾਰ ਖੇਤ ਜਾਣਾ ਜਾਂ ਕਿਤੇ ਬਾਹਰ ਅੰਦਰ ਜਾਣਾ ਬੋਤਲ ਦੀ ਲੋੜ ਪਈ ਤਾਂ ਵਰਤ, ਬੋਤਲਾਂ ਆਪਾਂ ਇੰਨੀਆਂ ਤਾਂ ਨੀ ਵਰਤਦੇ, ਜਦੋਂ ਆਪਾਂ ਕਿਤੇ ਬਾਹਰ ਅੰਦਰ ਜਾਣਾ ਆਪਾਂ 1 ਲੈ ਜਾਂਗੇ 2 ਲੈ ਜਾਂਗੇ ਕਿੰਨੀਆਂ ਕਿਤੇ ਲੈ ਜਾਂਗੇ, ਖੇਤ ਵੀ ਕਿੰਨੀਆਂ ਕੁ ਲੈ ਕੇ ਜਾਂਦੇ ਹਨਾ, ਕਈ ਵਾਰ ਉਨੀ ਜਗ੍ਹਾ ਨੀ ਹੁੰਦੀ, ਉਹ ਬੋਤਲਾਂ ਨਾਲ ਹੀ ਆਪਾਂ ਜਗ੍ਹਾ ਕਿੰਨੀ ਰੋਕ ਲੈਂਦੇ ਹਾਂ। ਜੀ ਹੁਣ ਜਿਵੇਂ ਤੁਸੀਂ ਰਿਫਾਈਂਡ ਵਾਲੇ ਗੇਲਣਾ ਦੀ ਗੱਲ ਕੀਤੀ, ਇਹ ਵੀ ਆਪਾਂ ਕਹਿ ਦਿੰਦੇ ਆ ਵੀ ਚਲੋ ਕਈ ਵਾਰ ਨਾ ਜਿਹੜੇ ਵਾਈ ਕਰਦੇ ਉਹਨਾਂ ਨੂੰ ਆਏ ਹੁੰਦਾ ਵੀ ਇਹਦੇ ਚ ਤੇਲ 5 ਲੀਟਰ ਹਨਾ, ਜੇ ਕਈ ਵਾਰ ਤੇਲ ਲੈ ਕੇ ਆਉਣਾ ਹੁੰਦਾ ਵੀ ਤੇਲ ਆ ਜੂਗਾ, ਜਾਂ ਬੋਤਲਾਂ ਜਿਵੇਂ ਤੁਸੀਂ ਕਿਹਾ ਵੀ ਪਾਣੀ ਲੈ ਕੇ ਜਾਣਾ ਹਨਾ, ਵੀ ਲੱਸੀ ਦੁੱਧ ਲੈ ਕੇ ਜਾਣਾ, ਪਰ ਆਪਾਂ ਗੱਟਾ ਭਰ ਲੈਂਦੇ ਹਾਂ ਬੋਤਲਾਂ ਦਾ, ਜਦੋਂ ਕਿ 1-2 ਹੀ ਬਹੁਤ ਰੱਖਣਾ ਤਾਂ ਬੋਤਲਾਂ 1-2 ਹੀ ਬਹੁਤ ਆ ਭੈਣੇ ਖੇਤ ਜਾਣ ਨੂੰ, ਜਾਂ ਤਾਂ 1 ਜਾਣਗਾ ਤੇ ਜਾਂ 2 ਜਾਣਗਾ ਜਾਂ ਲੱਸੀ ਜਾਊ ਤੇ ਕਿੰਨਾ ਥਾਂ ਰੋਕਦੇ ਉਹਨਾਂ ਨੂੰ ਰੱਖ ਕੇ ਘਰਾਂ ਦੇ ਵਿੱਚ। ਮੈਨੂੰ ਲੱਗਦਾ ਸਫਾਈ ਨੂੰ ਤਾਂ ਆਪਾਂ ਵੀ ਆਮ ਕਰਦੇ ਰਹਿੰਦੇ ਰਮਨ ਹਨਾ, ਜਿਹੜੀ ਵਧੀਆ ਸਫਾਈ ਬਹੁਤ ਵਧੀਆ ਹੁੰਦੀ ਮੈਨੂੰ ਲੱਗਦਾ ਉਹ ਆਪਾਂ ਦੀਵਾਲੀ ਨੂੰ ਕਰਦੇ ਹੁੰਦੇ ਹਨਾ, ਦੀਵਾਲੀ ਨੂੰ ਜਦੋਂ ਆਪਾਂ ਸਫਾਈ ਕਰਦੇ ਹਾਂ ਕਿੰਨਾ ਕਿੰਨਾ ਵਿੱਚੋਂ ਆਪਣੇ ਕਾਪਾਂ ਕਿਤਾਬਾਂ ਜਾਂ ਹੋਰ ਹਰ ਇੱਕ ਚੀਜ਼ ਆਪਾਂ ਕੁਛ ਨਾ ਕੁਛ ਕੱਢਣਾ, ਕਿੱਡਾ ਢੇਰ ਲਾ ਲੈਂਦੇ ਹਾਂ ਆਪਾਂ ਅੱਗ ਲਾਉਣ ਨੂੰ ਹਨਾ, ਉਦੋਂ ਆਪਾਂ ਨੂੰ ਦਿਲ ਜਿਹਾ ਵੀ ਖੁਸ਼ ਹੋ ਜਾਂਦਾ ਵੀ ਅਸੀਂ ਵਧੀਆ ਸਫਾਈ ਕੀਤੀ, ਵੀ ਉਦੋਂ ਪਤਾ ਲੱਗਦਾ ਵੀ ਜਿਹੜਾ ਇੰਨਾ ਗੰਦ ਸੀ ਅਸੀਂ ਘਰੇ ਉਹ ਹੀ ਸਾਂਭੀ ਬੈਠੇ ਸੀ, ਵੀ ਜਦੋਂ ਆਪਾਂ ਸਾਂਭਦੇ ਉਦੋਂ ਨੂੰ ਨਹੀਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ ਸਾਂਭਣ ਵਾਲੀ ਹੈਗੀ ਹੈ ਕਿ ਨਹੀਂ, ਵੀ ਅਸੀਂ ਸਾਂਭਣੀ ਹੈ ਕਿ ਨਹੀਂ, ਆਪਾਂ ਉਹ ਹੀ ਚੱਕ ਕੇ ਸਾਂਭ ਲੈਂਦੇ ਹਾਂ ਵੀ ਸਾਨੂੰ ਐਂ ਹੁੰਦਾ ਵੀ ਸਾਨੂੰ ਕਿਤੇ ਲੋੜ ਪਊ ਸਾਡੇ ਕੰਮ ਆਊਗੀ, ਪਰ ਉਦੋਂ ਪਤਾ ਲੱਗਦਾ ਵੀ ਇੰਨਾ ਇੰਨਾ ਗੰਦ ਅਸੀਂ ਘਰੇ ਵੀ ਸਾਂਭੀ ਬੈਠੇ ਸੀ। ਭੈਣੇ ਇਹ ਗੱਲ ਤਾਂ ਛੱਡੋ, ਹੁਣ ਤੁਸੀਂ ਦੇਖੋਗੇ ਹਰੇਕ ਘਰ 'ਚ ਜੇ ਫਰਨੀਚਰ ਦੀ ਗੱਲ ਹੈ ਜਿਵੇਂ ਫਰਿੱਜ, ਬੈੱਡ, ਬੈੱਡ ਤਾਂ ਮੈਨੂੰ ਲੱਗਦਾ 3-3, 4-4 ਹੁੰਦੇ ਆ ਹਰ ਇੱਕ ਕਮਰੇ 'ਚ ਹਨਾ, ਕਿਸੇ ਦੇ ਤਾਂ ਫਰਿੱਜਾਂ ਵੀ 2, ਐਲਈਡੀਆਂ ਦਾ ਤਾਂ ਕੋਈ ਹਾਲ ਹੀ ਨਹੀਂ, ਹਰੇਕ ਕਮਰੇ ਦੇ ਵਿੱਚ ਜੀ
ਕੂਲਰ ਵੀ ਦੋ ਜਾਂ ਤਿੰਨ ਹਰੇਕ ਦੇ ਘਰੇ ਭੈਣੇ ਐਕਸਟਰਾ ਹੀ ਹੈ ਜਿਹੜਾ ਆਪਾਂ ਸਾਂਭੀ ਜਾਂਦੇ ਹਾਂ, ਜਦੋਂ ਕਿ ਉਹਨੂੰ ਕਦੇ ਆਪਾਂ ਯੂਜ਼ ਵੀ ਨਹੀਂ ਕੀਤਾ ਹੁੰਦਾ। ਹੁਣ ਐਲਈਡੀ ਦਾ ਜੇ ਆਪਾਂ ਗੱਲ ਕਰੀਏ ਹਨਾ, ਐਲਈਡੀ ਦੀ ਗੱਲ ਕਰ ਲਈਏ ਤੇ ਉਹ ਮੈਨੂੰ ਲੱਗਦਾ ਕਮਰੇ ਚ ਆਪਾਂ ਲੱਗੀਆਂ ਵਗਾਉ ਆਪਣੇ ਚ ਆਪਾਂ ਦੇਖਦੇ ਹੀ ਨਹੀਂ, ਨਾ ਬੱਚੇ ਵਹਿੰਦੇ ਆ, ਪਰ ਫਿਰ ਵੀ ਆਪਾਂ ਉਹਨਾਂ ਨੂੰ ਲਾਇਆ ਵਿਆ ਇੰਨੇ ਨੇ ਪੈਸੇ ਲਾ ਕੇ। ਜਿਹੜੀਆਂ ਬਿਲਾਂ ਆ ਕੇ ਉਹਨਾਂ ਤੇ ਵੀ ਖਰਚਾ ਹੋਇਆ, ਉਹ ਵੀ ਆਪਣੇ ਖਰਚੇ ਲਾਏ ਤੇ ਇੰਨਾ ਆਪਾਂ ਕਿੰਨਾ ਕੁ ਟੀਵੀ ਵੇਖਦੇ ਹਾਂ, ਕਿੰਨਾ ਕੁ ਆਪਾਂ ਤੋਂ ਵੇਖਿਆ ਵੀ ਜਾਂਦਾ ਹਨਾ। ਉਹ ਬਸ ਇੰਨਾ ਹੁੰਦਾ ਵੀ ਜੇ ਸਾਡੇ ਇੱਕ ਰੂਮ ਦੇ ਵਿੱਚ ਇੱਥੇ ਵੀ ਅੱਡ ਹੋਵੇ, ਉਸ ਰੂਮ ਚ ਜਾਂਦੇ ਉੱਥੇ ਵੀ ਅੱਡ ਹੋਵੇ, ਵੀ ਅਲੱਗ ਅਲੱਗ ਕਮਰੇ ਦੇ ਵਿੱਚ ਹੋਵੇ, ਇੱਕ ਦੂਜੇ ਦੇ ਕਮਰੇ ਦੇ ਵਿੱਚ ਸਾਨੂੰ ਜਾਣਾ ਨਾ ਪੈ ਜੇ। ਤੇ ਅੱਗੇ ਜਿਹੜਾ ਸਾਰਾ ਪਰਿਵਾਰ ਬੈਠਦਾ ਸੀ ਇੱਕ ਥਾਂ ਬੈਠ ਜਾਂਦਾ ਸੀ, ਇੱਕ ਥਾਂ ਵੇਖਦੇ ਹੁੰਦੇ ਸੀ, ਨਾਲੇ ਮੋਹ ਪਿਆਰ ਵੀ ਵੱਧਦਾ ਸੀਗਾ। ਭੈਣੇ ਗੱਲ ਤਾਂ ਸਾਰੀ ਵੇਖਣ ਦੀ ਹੁੰਦੀ ਹੈ ਨਾ, ਜੇ ਬੰਦਾ ਦੇਖੇ ਫਿਰ ਤਾਂ ਕੋਈ ਦਿੱਕਤ ਨਹੀਂ, ਜਦੋਂ ਆਪਾਂ ਜਿਹੜੀ ਚੀਜ਼ ਦੇਖਣੀ ਨੀ ਤੇ ਫਿਰ ਮੈਨੂੰ ਲੱਗਦਾ ਨਾ ਮੇਰੇ ਰੂਮ ਚ ਬਹੁਤ ਟਾਈਮ ਦੀ ਐਲਈਡੀ ਜਦੋਂ ਦਾ ਮੇਲਾ ਦਾ 6-7 ਸਾਲ ਹੋ ਗਏ ਉਦੋਂ ਦੀ ਲੱਗੀ ਦੀ ਆ, ਅੱਜ ਤੱਕ ਅਸੀਂ ਉਹ ਕਦੇ ਐਲਈਡੀ ਨਹੀਂ ਚਲਾਈ। ਬੱਚੇ ਦੇਖਦੇ ਆ ਉਹ ਵੀ ਕਾਰਟੂਨ ਵਗੈਰਾ, ਆਪ ਤਾਂ ਕਦੇ ਉਹ ਵੀ ਨੀ ਦੇਖੀ, ਤਾਂ ਫੇਰ ਉਹ ਏਦਾਂ ਦਾ ਐਕਸਟਰਾ ਸਮਾਨ ਆ ਜਿਹੜਾ ਆਪਾਂ ਘਰਾਂ ਚ ਜਮਾ ਕਰਦੇ ਆ ਜਿਨ੍ਹਾਂ ਦੀ ਲੋੜ ਨੀ ਹੁੰਦੀ। ਬਸ ਯਸ ਐਵੇਂ ਜਿਵੇਂ ਤੁਸੀਂ ਕਿਹਾ ਹਨਾ ਵੀ ਆਪਣੇ ਅਲੱਗ ਅਲੱਗ ਕਮਰਿਆਂ ਚ ਹੋਵੇ, ਇਹ ਦਿਖਾਉਣ ਦੀ ਖਾਤਰ ਵੀ ਹਾਂ ਸਾਡੇ ਕਮਰੇ ਚ ਇਹ ਚੀਜ਼ ਲੱਗੀ ਵੀ ਹੈ। ਤੇ ਮੈਨੂੰ ਲੱਗਦਾ ਰਮਣਾ ਆਪਾਂ ਗੱਲਬਾਤ ਬਹੁਤ ਲੰਮੀ ਕੀਤੀ ਤੇ ਹੁਣ ਲੈ ਲਈਏ ਇਜਾਜ਼ਤ। ਜੀ ਜੀ, ਤੁਸੀਂ ਵੇਖ ਰਹੇ ਸੀ ਪੋਡਕਾਸਟ ਬੀਬੀਆਂ ਦਾ, ਮਿਲਦੇ ਆ ਫੇਰ ਤੇ ਕਰਦੇ ਆ ਗੱਲਾਂ ਬਾਤਾਂ, ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।